ਅਸੀਂ ਮੌਜੂਦ ਹਾਂ ਧੂਰੀ ਤੋਂ ਕਾਂਗਰਸੀ ਉਮੀਦਵਾਰ ਅਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਪਿੰਡ, ਔਰ ਉਹਨਾਂ ਦੀ ਪਤਨੀ ਸਾਡੇ ਨਾਲ ਨੇ, ਉਹ ਵੀ ਪ੍ਰਚਾਰ ਕਰਨ ਵਾਸਤੇ ਜਾ ਰਹੇ ਨੇ। ਉਹਨਾਂ ਦੇ ਪਿੰਡ ਪੁੰਨਾਵਾਲਾ ਸੀ। ਇਸ ਤਰ੍ਹਾਂ ਸਪੋਰਟ ਮਿਲ ਰਿਹਾ ਆਪਦੇ ਪਿੰਡ ਤੋਂ, ਸ਼ੁਰੂਆਤ ਤੁਸੀਂ ਕੀਤੀ ਹੈ, ਪਿਛਲੀ ਵਾਰ ਵੀ ਪਿੰਡ ਨੇ ਲੀਡ ਦਿੱਤਾ ਸੀਗਾ ਤੁਹਾਡੇ। ਆਪਣੇ ਪਿੰਡ 'ਚ ਨਾ ਮੈਂ ਵੋਟ ਮੰਗੀ ਹੈ ਨਾ ਮੈਂ ਮੰਗਣੀ ਹੈ, ਕਿਉਂਕਿ ਆਪਣੇ ਪਿੰਡ ਤੋਂ ਨਹੀਂ ਮੰਗੀਦੀ ਹੁੰਦੀ। ਕੀ ਕਹਿੰਦੇ ਆ ਪਿੰਡ ਦੇ ਲੋਕਾਂ ਦੇ ਵਿੱਚ ਵਿਚਰਦੇ ਹੋ? ਹੁਣੀ ਇੱਕ ਚਾਚੀ ਲੱਗਦੇ ਨੇ ਸਾਡੇ, ਮੈਂ ਕਿਹਾ ਚਾਚੀ ਜੀ ਵੋਟ ਪਾਉਣੀ ਹੈ, ਕਹਿੰਦੇ ਪੁੱਤ ਕਿਵੇਂ ਨਹੀਂ ਪਾਵਾਂਗੇ, ਸੱਪ ਕੱਢ ਤੇ ਪਿੰਡ ਦੇ। ਮੈਂ ਕਿਹਾ ਸੱਪ ਕੱਢ ਤੇ ਮਤਲਬ, ਮੈਂ ਕਿਹਾ ਸ਼ਾਇਦ ਕੋਈ ਇਹ ਡਾਇਲੋਗ ਹੁੰਦਾ ਹੋਊਗਾ। ਕਹਿੰਦੇ ਸਾਰਾ ਪਿੰਡ ਸਾਡਾ ਚੰਡੀਗੜ੍ਹ ਬਣਾਤਾ, ਮੁੰਡਾ ਸਾਡਾ ਚੰਡੀਗੜ੍ਹ ਆਇਆ ਸੀ, ਚੰਡੀਗੜ੍ਹ ਹੀ ਬਣਾਤਾ। ਮੁਕਾਬਲਾ ਭਗਵੰਤ ਮਾਨ ਨਾਲ ਹੋਣ ਜਾ ਰਿਹਾ, ਕਿਸ ਤਰ੍ਹਾਂ ਦੇ? ਬਹੁਤ ਵਧੀਆ, ਕਿਉਂਕਿ ਇਹ ਇੱਕ ਸੱਚ ਤੇ ਝੂਠ ਦੀ ਲੜਾਈ। ਆਸ ਹੁੰਦੀ ਹੈ ਸਪੁੱਤ ਤੋਂ, ਜਿਹੜਾ ਹੋਵੇ ਕਪੁੱਥੋਂ ਦੇ ਤੋਂ ਤਾਂ ਆਸ ਹੀ ਕਰ ਰਹੀ। ਵੱਡਾ ਫੇਸ ਹੈ ਆਮ ਆਦਮੀ ਪਾਰਟੀ ਦਾ, ਚਿਹਰਾ ਵੀ ਲਾਉਣ ਤਾਂ ਤੁਹਾਨੂੰ ਲੱਗਦਾ ਕਿ ਕੰਪੀਟੀਸ਼ਨ ਕੀ ਕਰਾਂਗੇ ਜਦੋਂ ਆਪਣੇ ਪਿੰਡ 'ਚ ਨਹੀਂ ਆਏ, ਕੋਈ ਕੰਮ ਨਹੀਂ ਹੋਇਆ, ਤਾਂ ਉਹ ਫੇਸ ਨੂੰ ਕੀ ਕਰਨਾ ਸੀ? ਅਸੀਂ ਕੰਮ ਦੇਖਣਾ। ਜੇ ਗੋਲਡੀ ਆਮ ਆਦਮੀ 'ਚ ਹੁੰਦਾ ਸੀ ਹੁਣ ਵੀ ਵੋਟ ਪਾਉਂਦੇ, ਕਿਉਂਕਿ ਅਸੀਂ ਤਾਂ ਕੰਮ ਨੂੰ ਵੋਟ ਪਾ ਰਹੇ। ਇਹ ਤਾਂ ਨਹੀਂ ਕਹਿੰਦਾ ਵੀ ਪਿੰਡ ਦਾ ਹੋਣ ਕਰਕੇ ਤੁਸੀਂ ਕਹਿ ਰਹੇ ਹੋ ਰਿਸ਼ਤੇਦਾਰ ਹੈ? ਪਰਸਨ ਵੀ ਕਰਿਆ, ਪਿੰਡ ਦਾ ਵੀ ਕਰਿਆ। ਪਹਿਲਾਂ ਵਾਲਾ ਪਿੰਡ ਦਾ ਨਕਸ਼ਾ ਕੱਢ ਲਓ ਅਤੇ ਹੁਣ ਵਾਲਾ ਪਿੰਡ ਦਾ ਨਕਸ਼ਾ ਕੱਢ ਲਓ। ਨਾਲੇ ਗੋਲਡੀ ਨਾਲ ਆ ਕੇ ਦੂਜੇ ਕਿਸੇ ਨੂੰ ਚੁਣਨ ਕੇ ਬਾਹਰ ਲੈਣ? ਸਾਰੇ ਇੱਧਰ ਹੀ ਆ, ਸਾਡਾ ਸਰੀਕੇ ਦਾ ਕੰਮ ਆ, ਅਸੀਂ ਕਿਵੇਂ ਬਦਲ ਜਾਵਾਂਗੇ? ਨਿੱਕਾ ਜਿਹਾ ਹੁੰਦਾ ਆ ਜਾਂਦਾ ਨਾ ਸੀ ਲੈਣ, ਮੈਂ ਕਹਿੰਦੀ ਬਾਬਾ ਦੇ ਡੋਲੂ ਬਾਦਰ ਨੂੰ ਹੱਥ ਪੈਂਦਾ, ਕਹਿੰਦਾ ਕਿ ਮੇਰੇ ਯਾਦ ਆ ਜਾਂਦੀ। ਪੁਰਾਣੀਆਂ ਯਾਦਾਂ ਗੋਲਡੀ ਨਾਲ ਹੈ? ਹਾਂ, ਹੋਰ ਸਾਡੀ ਤਾਂ ਪਹਿਲੇ ਦਿਨ ਤੋਂ ਹੈ। ਜੋ ਬੀਜੋਗੇ ਉਹ ਵੱਢੋਗੇ, ਜਦ ਬੀਜਿਆ ਇਮਾਨਦਾਰੀ ਹੈ, ਜਦ ਬੀਜਾ ਬੀਜਿਆ ਹੀ ਪਿਆਰ ਹੈ, ਫਿਰ ਕੁਛ ਹੋਰ ਮਿਲ ਕਿਵੇਂ ਸਕਦਾ? ਹਲੇ ਤਾਂ ਸ਼ੁਰੂਆਤ ਹੋਈ ਹੈ, ਅਖੀਰ ਬਹੁਤ ਅੱਗੇ ਜਾ ਕੇ ਹੋਣੀ ਹੈ। ਜਿੰਨਾ ਚਿਰ ਸਾਥ ਸਾਹ ਨੇ, ਗੋਲਡੀ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ। ਸਤਿ ਸ਼੍ਰੀ ਅਕਾਲ ਤਾਈ ਜੀ, ਕਿਵੇਂ ਹੋ? ਕਿਵੇਂ ਢਿੱਲੇ ਢਿੱਲੇ ਲੱਗਦੇ ਹੋ? ਲੱਤਾਂ ਬੰਨ੍ਹੋ। ਹਾਂ, ਅੱਜ ਲੱਗੀ ਜਾਂਦਾ ਢਿੱਲੇ ਹੋ। ਚਲੋ ਕੋਈ ਨਾ, ਤੁਸੀਂ ਆਰਾਮ ਕਰੋ, ਦਵਾਈ ਦਵੂਈ ਲੈ ਕੇ ਬਸ ਹੁਣ ਵੋਟ ਪਾਉਣ ਤਾਂ ਜਾਓਗੇ ਗੋਲਡੀ ਨੂੰ? ਹਾਂਜੀ। ਪਵਾਓਗੇ ਵੀ? ਕਿਤੋਂ ਪਵਾਓਗੇ? ਨਾ ਮੈਂ ਤਾਂ ਆਪ ਹੀ ਪਾ ਦੂੰ। ਆ ਵੀ ਪਾ ਦੂੰਗੇ। ਵਾ, ਰਿਸ਼ਤੇਦਾਰੀਆਂ 'ਚ ਵੀ ਮਾੜਾ ਜਿਹਾ ਟੈਲੀਫੋਨ ਘੁਮਾ ਦਿਓ ਆਲੇ ਦੁਆਲੇ, ਭੈਣ ਹੋਣੀ ਜਿਹੜੇ ਪਿੰਡਾਂ 'ਚ ਨੇ, ਇੱਕ ਵਾਰੀ ਤਾਇਆ ਜੀ ਤੋਂ ਟੈਲੀਫੋਨ ਲਵਾ ਕੇ ਸਾਰਿਆਂ ਨੂੰ ਫੋਨ ਕਰ ਦਿਓ, ਦਵਾਈ ਲੈ ਲਓ। ਚੰਗਾ ਤਾਈ ਜੀ। ਮੈਨੂੰ ਇਹ ਦੱਸੋ ਸਿਮਰਤ ਜੀ, ਮੈਂ 2 ਮਿੰਟ ਹੋਰ ਲੈਣੇ ਤੁਹਾਡੇ, ਯੂਨੀਵਰਸਿਟੀ ਦੇ ਵਿੱਚ ਰਾਜਨੀਤੀ ਕਰਨ ਦਾ ਤੁਹਾਨੂੰ ਕਿੰਨਾ ਫਾਇਦਾ ਮਿਲਿਆ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਹੁਣ? ਛੋਟੇ ਵੀਰ, ਮੈਂ ਗੋਲਡੀ ਜੀ ਨਾਲ, ਗੋਲਡੀ ਜੀ ਯੂਨੀਵਰਸਿਟੀ ਸੀ, ਮੈਂ ਦੇਹਰਾਦੂਨ ਕਾਲਜ ਲਾਅ ਕਰ ਰਹੀ ਸੀ, ਮਤਲਬ ਅਸੀਂ ਦੋਨੋਂ ਸੀਗੇ ਇਕੱਠੇ, ਪਰ ਯੂਨੀਵਰਸਿਟੀ ਬੇਸਿਕਲੀ ਉਹਨਾਂ ਨੇ ਕੀਤਾ। ਐਸ ਡੀ ਕਾਲਜ ਮੈਂ ਉਹਨਾਂ ਦੇ ਨਾਲ ਸੀਗੀ। ਜਿਵੇਂ ਜਿਵੇਂ ਆਪਾਂ ਜਦ ਛੋਟਾ ਬੂਟਾ ਲਾਉਂਦੇ ਹਾਂ, ਉਹਦੇ 'ਚ ਰੇਹ ਪਾਉਂਦੇ ਹਾਂ, ਉਹਦੇ 'ਚ ਪਾਣੀ ਪਾਉਂਦੇ ਹਾਂ, ਉਹ ਹੌਲੀ ਹੌਲੀ ਵੱਡਾ ਹੁੰਦਾ। ਅਤੇ ਜਦ ਇਲੈਕਸ਼ਨ ਨਜ਼ਦੀਕ ਨੇ, ਚੋਣ ਪ੍ਰਚਾਰ ਸ਼ੁਰੂ ਹੋ ਗਿਆ, ਅਸੀਂ ਮੌਜੂਦ ਹਾਂ ਧੂਰੀ ਤੋਂ ਕਾਂਗਰਸੀ ਉਮੀਦਵਾਰ ਅਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਪਿੰਡ, ਔਰ ਉਹਨਾਂ ਦੀ ਪਤਨੀ ਸਾਡੇ ਨਾਲ ਨੇ, ਉਹ ਵੀ ਪ੍ਰਚਾਰ ਕਰਨ ਵਾਸਤੇ ਜਾ ਰਹੇ ਨੇ। ਉਹਨਾਂ ਦੇ ਪਿੰਡ ਪੁੰਨਾਵਾਲਾ ਸੀ ਜਿੱਥੋਂ ਪ੍ਰਚਾਰ ਉਹਨਾਂ ਨੇ ਕੱਲ੍ਹ ਸ਼ੁਰੂ ਕਰਿਆ ਸੀ, ਅੱਜ ਫਿਰ ਆਪਣੇ ਪਿੰਡ ਦੇ ਵਿੱਚ ਨੇ, ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ, ਲਗਾਤਾਰ ਡੋਰ ਟੂ ਡੋਰ ਜਾ ਕੇ ਕੰਪੇਨਿੰਗ ਕਰ ਰਹੇ ਨੇ।
ਸਵਾਗਤ ਹੈ ਜੀ ਪ੍ਰੋ ਪੰਜਾਬੀ। ਥੈਂਕ ਯੂ ਛੋਟੇ ਵੀਰ, ਥੈਂਕ ਯੂ। ਕਿਸ ਤਰ੍ਹਾਂ ਸਪੋਰਟ ਮਿਲ ਰਿਹਾ ਆਪਦੇ ਪਿੰਡ ਤੋਂ? ਸ਼ੁਰੂਆਤ ਤੁਸੀਂ ਕੀਤੀ ਹੈ, ਪਿਛਲੀ ਵਾਰ ਵੀ ਪਿੰਡ ਨੇ ਲੀਡ ਦਿੱਤਾ ਸੀਗਾ ਤੁਹਾਡੇ ਨੇ। ਬਿਲਕੁਲ ਬਿਲਕੁਲ ਜੀ, ਪਿਛਲੀ ਵਾਰ ਪਾਸਾ ਪਲਟੋਨ ਸਾਡਾ ਪਿੰਡ ਸਭ ਤੋਂ ਮੂਹਰੇ ਸੀਗਾ। ਇਸ ਤੋਂ ਪਹਿਲਾਂ ਅਸੀਂ ਪਿੱਛੇ ਜਾ ਰਹੇ ਸੀ ਜਦ ਸਾਡੇ ਪਿੰਡ ਦਾ ਬੂਥ ਖੁੱਲ੍ਹਿਆ, ਅਤੇ ਫਿਰ ਜਿਵੇਂ ਅਸੀਂ ਫਤਿਹ ਪ੍ਰਾਪਤ ਕੀਤੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ। ਆਸ਼ੀਰਵਾਦ ਸਾਨੂੰ ਸਾਡੇ ਪਿੰਡ ਵਾਲਿਆਂ ਦਾ ਬਹੁਤ ਮਿਲਿਆ ਸੀ। ਇਸ ਵਾਰ ਵੀ ਆਪਣੀ ਚੋਣ ਕੰਪੇਨ ਅਸੀਂ ਆਪਣੇ ਪਿੰਡ ਤੋਂ ਹੀ ਸ਼ੁਰੂ ਕੀਤੀ। ਕੱਲ੍ਹ ਵੀ ਅਸੀਂ ਡੋਰ ਟੂ ਡੋਰ ਕਰ ਰਹੇ ਸੀ, ਅੱਜ ਵੀ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ। ਆਪਣੇ ਪਿੰਡ 'ਚ ਨਾ ਮੈਂ ਵੋਟ ਮੰਗੀ ਹੈ ਨਾ ਮੈਂ ਮੰਗਣੀ ਹੈ, ਕਿਉਂਕਿ ਆਪਣੇ ਪਿੰਡ ਤੋਂ ਨਹੀਂ ਮੰਗੀ ਦੀ ਹੁੰਦੀ। ਇਹਨਾਂ ਤਾਂ ਸਾਰਿਆਂ ਨੂੰ ਮੈਂ ਇਹ ਕਹਿ ਰਹੀ ਹਾਂ ਕਿ ਚਲੋ ਆਓ ਚੱਲੀਏ, ਹੁਣ ਉਹ ਟਾਈਮ ਆ ਗਿਆ ਕਿ ਆਪਾਂ ਆਲੇ ਦੁਆਲੇ ਆਪਣੀ ਰਿਸ਼ਤੇਦਾਰੀਆਂ 'ਚ ਚੱਲੀਏ, ਕਿਉਂਕਿ ਜਿੱਥੇ ਰਿਸ਼ਤੇਦਾਰ ਖੜ੍ਹਦਾ ਉੱਥੇ ਹੋਰ ਕੋਈ ਨਹੀਂ ਖੜ੍ਹਦਾ। ਔਰ ਸਾਡੇ ਪਿੰਡ ਦੀ ਰਿਸ਼ਤੇਦਾਰੀ, ਸਾਡੀ ਸਭ ਦੀ ਰਿਸ਼ਤੇਦਾਰੀ ਸਾਡੇ ਹਲਕੇ 'ਚ ਹੀ ਹੈ, ਅਤੇ ਰਿਸ਼ਤੇਦਾਰਾਂ ਨੇ ਪਹਿਲਾਂ ਨਾ ਦੇਖੀ ਪਾਰਟੀ ਕਿਹੜੀ ਹੈ, ਨਾ ਐਤਕੀ ਦੇਖਣੀ ਹੈ, ਸਿਰਫ ਉਹਨਾਂ ਨੂੰ ਆਪਣਾ ਮੁੰਡਾ ਗੋਲਡ ਹੀ ਦਿਖਦਾ। ਪਿੰਡ ਦੇ ਲੋਕ ਕੀ ਕਹਿੰਦੇ ਆ, ਪਿੰਡ ਦੇ ਲੋਕਾਂ ਦੇ ਵਿੱਚ ਵਿਚਰਦੇ ਹੋ? ਹਾਲਾਂਕਿ ਬੀਬੇ ਹੋਣਾ ਨਾਲ ਮੈਂ ਗੱਲ ਕਰ ਰਿਹਾ ਸੀ, ਉਹ ਕਹਿੰਦੇ ਪਿੰਡ 'ਚੋਂ ਗੰਦ ਕੱਢ ਦਿੱਤਾ ਸਾਡੇ। ਛੋਟੇ ਵੀਰ ਹੁਣੇ ਇੱਕ ਚਾਚੀ ਲੱਗਦੇ ਨੇ ਸਾਡੇ, ਮੈਂ ਕਿਹਾ ਚਾਚੀ ਜੀ ਵੋਟ ਪਾਉਣੀ ਹੈ, ਕਹਿੰਦੇ ਪੁੱਤ ਕਿਵੇਂ ਨਹੀਂ ਪਾਵਾਂਗੇ, ਸੱਪ ਕੱਢ ਤੇ ਪਿੰਡ ਦੇ। ਮੈਂ ਕਿਹਾ ਸੱਪ ਕੱਢ ਤੇ ਮਤਲਬ? ਮੈਂ ਕਿਹਾ ਸ਼ਾਇਦ ਕੋਈ ਇਹ ਡਾਇਲੋਗ ਹੁੰਦਾ ਹੋਊਗਾ। ਕਹਿੰਦੇ, ਮੈਂ ਕਿਹਾ ਸੱਪ ਕੱਢ ਦੇ ਕਿਵੇਂ? ਕਹਿੰਦੇ ਭਾਈ ਅਸੀਂ ਪਥੇਰ ਪੱਥਦੀਆਂ ਸੀ, ਪਥੇਰ ਜਾਂਦੀਆਂ ਸੀ ਪਾਥੀਆਂ, ਪਰ ਜਿੱਥੇ ਹੱਥ ਪਾਉਂਦੀਆਂ ਸੀ ਕਹਿੰਦੇ ਸਾਨੂੰ ਤਾਂ ਸੱਪ ਹੀ ਨਿਕਲਦੇ ਸੀ। ਕਹਿੰਦੇ ਸਾਰਾ ਪਿੰਡ ਸਾਡਾ ਚੰਡੀਗੜ੍ਹ ਬਣਾਤਾ, ਮੁੰਡਾ ਸਾਡਾ ਚੰਡੀਗੜ੍ਹ ਆਇਆ ਸੀ, ਚੰਡੀਗੜ੍ਹ ਹੀ ਬਣਾਤਾ। ਕਹਿੰਦੇ ਸੱਪ ਹੀ ਨਹੀਂ ਦਿਖਦਾ ਹੁਣ ਪਿੰਡ 'ਚ, ਇਹ ਕਹਿ ਕਹਿ ਰਹੇ ਸੀ ਉਹ। ਲਗਾਤਾਰ ਮਿਲ ਰਹੇ ਹੋ, ਹੋਰ ਕੀ ਕਹਿ ਰਹੇ ਨੇ ਲੋਕ? ਮੁਲਾਕਾਤ ਵੀ ਤੁਸੀਂ ਕਰ ਲਓ ਜਿਹਨਾਂ ਨਾਲ ਕਰਨੀ ਹੈ, ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਰਹਿ ਗਈਆਂ ਪਿੰਡ ਦੀਆਂ, ਜਾਂ ਪਿੰਡ ਪਿੰਡ 'ਚ ਕੰਪਲੀਟ ਹੋ ਗਿਆ ਕੰਮ ਸਾਰਾ? ਛੋਟੇ ਵੀਰ ਕੰਪਲੀਸ਼ਨ 100% ਤਾਂ ਕਦੇ ਵੀ ਨਹੀਂ ਹੁੰਦੀ। ਜੇ ਆਪਾਂ ਕੁਛ ਕੰਪਲੀਟ ਜੋ ਟਾਸਕ ਲੈ ਕੇ ਅਸੀਂ ਚੱਲੇ ਸੀ ਉਹਦਾ ਮੈਨੂੰ ਲੱਗਦਾ ਅਸੀਂ 97% ਕੰਪਲੀਟ ਕਰ ਚੁੱਕੇ ਹਾਂ। ਅਤੇ 2 ਸਾਲ ਜਿਹੜੇ ਕੋਵਿਡ ਦੇ ਸਿਰਫ ਗੋਲਡੀ ਜੀ ਦੇ ਨਹੀਂ, ਜਿੰਨੇ ਵੀ ਲੀਡਰਾਂ ਨੇ ਕੰਮ ਕਰਨਾ ਚਾਹਿਆ ਉਹਨਾਂ ਦੇ ਖਰਾਬ ਹੋਏ ਨੇ। ਹੁਣ ਕਈਆਂ ਨੇ ਕੰਮ ਹੀ ਨਹੀਂ ਕਰਨੇ, ਉਹਨਾਂ ਦੇ ਤਾਂ ਕੁਛ ਖਰਾਬ ਵੀ ਨਹੀਂ, ਉਹਨਾਂ ਨੂੰ ਤਾਂ ਸਾਰੇ 5 ਸਾਲ ਉਵੇਂ ਦੇ ਉਵੇਂ ਹੀ ਲੱਗਦੇ ਨੇ ਜੀ। ਮੁਕਾਬਲਾ ਭਗਵੰਤ ਮਾਨ ਨਾਲ ਹੋਣ ਜਾ ਰਿਹਾ, ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਬਹੁਤ ਵਧੀਆ, ਕਿਉਂਕਿ ਇਹ ਇੱਕ ਸੱਚ ਅਤੇ ਝੂਠ ਦੀ ਲੜਾਈ ਹੈ। ਜੇ ਹੁਣ ਜਿਵੇਂ ਆਪਾਂ, ਤੁਸੀਂ ਹੁਣੀ ਮੈਨੂੰ ਇਹ ਗੱਲ ਪੁੱਛੀ ਕਿ ਕੰਮ ਕਿਵੇਂ ਹੋ ਰਹੇ ਨੇ, ਸਪੋਜ਼ਿੰਗਲੀ ਜੇ ਕੋਈ ਗਲੀ ਰਹਿੰਦੀ ਹੈ ਛੋਟੇ ਵੀਰ, ਉਹ ਇਕੱਲੇ MLA ਦਾ ਤਾਂ ਨਹੀਂ ਹੱਕ ਹੈਗਾ, ਉਹਦੇ ਲਈ MP ਵੀ ਉਨਾ ਹੀ ਰਿਸਪੋਂਸੀਬਲ ਹੈ, ਰਾਜ ਸਭਾ ਮੈਂਬਰ ਵੀ ਉਨਾ ਹੀ ਰਿਸਪੋਂਸੀਬਲ ਹੈ, ਹਰ ਇੱਕ ਉਨਾ ਹੀ ਰਿਸਪੋਂਸੀਬਲ ਹੈ। ਪਰ ਜੇ ਰਹਿ ਜਾਂਦਾ, ਸਵਾਲ ਪੈਂਦਾ ਗੋਲਡੀ ਨੂੰ, ਕਿਉਂਕਿ ਇੱਕ ਊਂ ਆਪਾਂ ਆਮ ਜੀ ਕਹਾਵਤ ਹੈ, ਤੁਸੀਂ ਵੀ ਆਪਣੇ ਮਾਂ ਪਿਓ ਦੇ ਬੱਚਿਓ, ਦੋ ਭਰਾ ਹੁੰਦੇ ਨੇ, ਇੱਕ ਸੁਪੁੱਤ ਇੱਕ ਕਪੁੱਤ। ਹੁਣ ਤੁਸੀਂ ਹੋ, ਤੁਸੀਂ ਸਵੇਰੇ ਜਾ ਕੇ ਆਪਣੀ ਮੰਮੀ ਨੂੰ ਪੁੱਛਣਾ, ਮੰਮੀ ਠੀਕ ਹੋ, ਚਾਹ ਪਾਣੀ ਲੈ ਲਿਆ? ਤੁਸੀਂ ਪੁੱਛਦੇ ਹੋ, ਦਵਾਈ ਵੀ ਦਵਾ ਕੇ ਲਿਆਉਂਦੇ ਹੋ। ਤੁਹਾਡਾ ਕੋਈ ਹੋਰ ਭਰਾ ਹੋਵੇ ਜਿਹਨੇ ਪੁੱਛਣਾ ਹੀ ਨਹੀਂ, ਉਹਦੇ ਤੋਂ ਗੁੱਸਾ ਵੀ ਨਹੀਂ ਹੁੰਦਾ। ਅਤੇ ਜੇ ਹੁਣ ਇੱਕ ਦਿਨ ਉਹ ਸੁਪੁੱਤ ਜਾ ਕੇ ਬੁਲਾਵੇ ਨਾ, ਮਾਂ ਕਹੂਗੀ ਅੱਜ ਇਹ ਢਿੱਲਾ ਜਿਹਾ ਲੱਗਦਾ, ਜਾਂ ਕਹੂਗੀ ਜਾ ਗੁੱਸੇ ਸਵੇਰੇ ਜਾਂ ਸਤਿ ਸ਼੍ਰੀ ਅਕਾਲ ਬੁਲਾਊਗਾ, ਮਾਂ ਬੋਲਦੀ ਨਹੀਂ ਕਿ ਕੱਲ੍ਹ ਮੈਨੂੰ ਬੁਲਾ ਕੇ ਨਹੀਂ ਗਿਆ। ਆਸ ਹੁੰਦੀ ਹੈ ਸੁਪੁੱਤ ਤੋਂ, ਜਿਹੜਾ ਹੋਵੇ ਕਪੁੱਤ ਉਹਦੇ ਤੋਂ ਤਾਂ ਆਸ ਹੀ ਕਾਹਦੀ ਹੈ। ਪਿੰਡ ਸ਼ੁਰੂਆਤ ਪਿੰਡ ਤੋਂ ਕੀਤੀ, ਗੋਲਡੀ ਹੁਣਾਂ ਦੇ ਨਾਲ ਰਾਬਤਾ ਹੈਗਾ, ਹੋਰ ਲਗਾਤਾਰ ਪਿੰਡਾਂ ਦੇ ਵਿੱਚ ਚਲੇ ਹੋਣ, ਕਿਉਂਕਿ ਬਹੁਤ ਘੱਟ ਬੀਬੀਆਂ ਨੇ ਜਿਹੜੀਆਂ। ਮੈਂ ਪਿਛਲੇ ਦਿਨ ਇੰਟਰਵਿਊ ਕੀਤਾ ਸੀ ਰਾਜਾ ਵੜਿੰਗ ਹੁਣਾਂ ਦੇ ਪਤਨੀ ਅੰਮ੍ਰਿਤਾ ਵੜਿੰਗ ਹੁਣੀ ਵੀ, ਜਿਵੇਂ ਲੋਕ ਉਹਨਾਂ ਨੂੰ ਸੁਣਦੇ ਆ ਉਵੇਂ ਗੋਲਡੀ ਉਹਨਾਂ ਦੀ ਪਤਨੀ ਸਿਮਰਤ ਖੰਗੂੜਾ ਉਹਨਾਂ ਨੂੰ ਸੁਣਦੇ ਆ, ਅਤੇ ਲੋਕ ਬਹੁਤ ਗੰਭੀਰਤਾ ਨਾਲ ਸੁਣਦੇ ਆ ਕਿ ਤੁਹਾਡਾ ਇੰਪੈਕਟ ਕਿੰਨਾ ਕੁ, ਜਾਂ ਲੋਕ ਐਂ ਕਹਿੰਦੇ ਵੀ ਗੋਲਡੀ ਨਹੀਂ ਆਇਆ ਸਾਡੇ ਪਿੰਡ? ਨਹੀਂ ਨਹੀਂ, ਇੱਕ ਜਿੰਦ ਇੱਕ ਰੂਹ, ਬਸ ਸਾਡੀਆਂ ਰੂਹਾਂ ਜ਼ਰੂਰ ਅੱਡ ਅੱਡ ਨੇ, ਪਰ ਅਸੀਂ ਦੋਨੋਂ ਇੱਕੋ ਹੀ ਰੂਪ ਹਾਂ। ਔਰ ਇਹ ਸਾਡੇ ਲੋਕ ਵੀ ਮੰਨਦੇ ਨੇ, ਕਿਉਂਕਿ ਵੀ ਦੇਖੋ ਤੁਸੀਂ ਮੈਨੂੰ ਵੋਟ ਪਾਈ ਹੈ, ਤੁਸੀਂ ਕੰਮ ਨੂੰ ਵੋਟ ਪਾਈ ਹੈ, ਜਦ ਕੰਮ ਆਉਂਦਾ ਤਾਂ ਗੋਲਡੀ ਜੀ ਔਰ ਮੈਂ ਅਸੀਂ ਬਰਾਬਰ ਖੜ੍ਹਦੇ ਹਾਂ। ਕਿਸੇ ਥਾਣੇ ਕਚਹਿਰੀ 'ਚ ਫੋਨ ਕਰਨਾ ਹੁੰਦਾ, BDO ਨੂੰ ਫੋਨ ਕਰਨਾ ਹੁੰਦਾ, ਸੈਕਟਰੀਜ਼ ਨੂੰ ਫੋਨ ਕਰਨਾ ਹੁੰਦਾ, ਅਸੀਂ ਆਪਣਾ ਕੰਮ ਵੰਡ ਕੇ ਚੱਲਦੇ ਹਾਂ। ਅਤੇ ਰਹੀ ਸਾਡੀ ਮੇਰੀ ਔਰ ਗੋਲਡੀ ਜੀ ਦੀ ਗੱਲ, ਅਸੀਂ ਤਾਂ ਕਾਲਜ ਟਾਈਮ ਤੋਂ ਇਲੈਕਸ਼ਨਸ ਇਕੱਠੇ ਲੜ ਰਹੇ ਹਾਂ। ਮੈਂ ਉਹਨਾਂ ਦੇ ਕਾਲਜ ਇਲੈਕਸ਼ਨ 'ਚ ਵੀ ਸਾਥ ਦਿੱਤਾ, ਯੂਨੀਵਰਸਿਟੀ ਇਲੈਕਸ਼ਨ 'ਚ ਵੀ ਸਾਥ ਦਿੱਤਾ, ਫਿਰ ਜਦ ਪੰਜਾਬ ਦੇ ਜਨਰਲ ਸੈਕਟਰੀ ਬਣੇ ਤਦ ਵੀ ਉਹਨਾਂ ਦੇ ਨਾਲ ਹੀ ਖੜ੍ਹੀ ਸੀ, ਪਿਛਲੀ MLA ਇਲੈਕਸ਼ਨ ਵੇਲੇ ਵੀ ਨਾਲ ਖੜ੍ਹੀ ਹਾਂ।
ਤੇ ਹਲੇ ਤਾਂ ਸ਼ੁਰੂਆਤ ਹੋਈ ਹੈ, ਅਖੀਰ ਬਹੁਤ ਅੱਗੇ ਜਾ ਕੇ ਹੋਣੀ ਆ। ਜਿੰਨਾ ਚਿਰ ਸਾਥ ਸਾਹ ਨੇ ਗੋਲੀ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੋਗੇ। ਚਲੋ ਤੁਸੀਂ ਕਰੋ ਆਪਣੀ ਕੈਂਪੇਨ ਲਗਾਤਾਰ, ਅਸੀਂ ਪੂਰੇ ਪਿੰਡ ਦੇ ਵਿੱਚ ਲਗਾਤਾਰ ਕਵਰ ਕਰਾਂਗੇ, ਗੱਲਾਂ ਬਾਤਾਂ ਕਰ ਰਹੇ ਨੇ ਇਹ। ਔਰ ਇੱਕ ਕੰਪੇਨਿੰਗ ਦਲਵੀਰ ਸਿੰਘ ਗੋਲਡੀ ਖੰਗੂੜਾ ਹੁਣਾਂ ਦਾ ਪਿੰਡ ਹੈ ਇਹ, ਉਹਨਾਂ ਦੀ ਪਤਨੀ ਗੱਲਬਾਤ ਕਰ ਰਹੇ ਨੇ ਪਿੰਡ ਦੇ ਲੋਕਾਂ ਦੇ ਨਾਲ। ਔਰ ਗੱਲਬਾਤ ਪਿੰਡ ਦੇ ਲੋਕਾਂ ਦੇ ਨਾਲ ਵੀ ਕਰਾਂਗੇ, ਕੀ ਕਹਿੰਦੇ ਨੇ ਉਹ। ਅਸੀਂ ਤਾਂ ਕਾਂਗਰਸ ਨੂੰ ਵੀ ਵੋਟ ਪਾਉਣੀ ਹੈ, ਚਾਹੇ ਤੁਸੀਂ ਆਮ ਆਦਮੀ ਦੇ ਕੁਛ ਵੀ ਕਹਿ ਲਓ, ਠੀਕ ਆ ਆਮ ਆਦਮੀ ਕੁਛ ਹੈਗਾ, ਪਰ ਸਾਡਾ ਪਿੰਡ ਦੇਖੋ, ਸਾਡੇ ਪਿੰਡ ਦਾ ਬੱਚਾ, ਅਸੀਂ ਕਿਉਂ ਨਹੀਂ ਵੋਟ ਪਾਵਾਂਗੇ ਉਹਨੂੰ। ਹਾਂ ਅਸੀਂ ਕਲੀਅਰ ਹੀ ਕਹਿਤਾ ਕਿ ਠੀਕ ਹੈ, ਉਹ ਕਹਿੰਦੇ ਕਿ ਸਾਨੂੰ ਆਮ ਆਦਮੀ ਦੀ ਜ਼ਿਆਦਾ ਸਪੋਰਟ ਲੱਗਦੀ ਹੈ, ਅਸੀਂ ਕਿਹਾ ਠੀਕ ਹੈ ਲੱਗਦੀ ਹੋਊ, ਪਰ ਉਰੋਂ ਨਹੀਂ ਸਪੋਰਟ ਮਿਲਣੀ ਆ ਧੂਰੀ ਹਲਕੇ 'ਚੋਂ। ਧੂਰੀ ਹਲਕੇ 'ਚੋਂ ਤਾਂ ਤੁਸੀਂ ਕੰਮ ਦੇਖੋ, ਪਿੰਡਾਂ 'ਚ ਜਾ ਕੇ ਤੁਹਾਨੂੰ ਆਪ ਹੀ ਪਤਾ ਲੱਗ ਜੇ, ਤੁਸੀਂ ਆਪ ਹੀ ਰਿਜ਼ਲਟ ਦੇ ਦਿਆ ਕਰੋ ਆਪ ਹੀ। ਤੁਹਾਡੇ ਪਿੰਡ ਦਾ ਮੁੰਡਾ ਗੋਲਡੀ ਇਸ ਕਰਕੇ ਸਪੋਰਟ ਕਰਨੀ ਹੈ ਜਾਂ ਬਾਕੀ ਕੰਮ ਕੀ? ਨਹੀਂ ਬਾਕੀ ਕੰਮ ਆ ਸਰ, ਮੇਰੀ ਨਾ 30 ਸਾਲ ਦੀ ਏਜ ਹੋ ਗਈ, 30 ਸਾਲ ਦੀ ਏਜ ਦੇ ਵਿੱਚ ਮੈਂ ਨਹੀਂ ਦੇਖਿਆ ਸੀ ਕਿਤੇ ਇੰਨਾ ਕੰਮ ਹੋਇਆ ਪਿੰਡ ਦੇ ਵਿੱਚ, ਠੀਕ ਹੈ। ਇੱਕ ਮੈਂ ਉਦੋਂ ਠੀਕ ਜੀ ਉਮਰ ਦਾ ਸੀ, ਕੇਹਰ ਸਿੰਘ ਸਰਪੰਚ ਸੀਗੇ, ਉਦੋਂ ਕੁਛ ਹੋਇਆ ਸੀਗਾ, ਉਦੋਂ ਸਕੂਲ ਵੀ ਬਣੇ ਸੀ, ਬਾਹਰ ਸਭ ਕੁਛ ਹੋਇਆ ਸੀ। ਉਹਦੇ ਬਾਅਦ 'ਚ ਘੱਟੋ ਘੱਟ 15 ਸਾਲ ਕੁਛ ਨਹੀਂ ਹੋਇਆ ਇੱਥੇ, 2 ਵਾਰ ਭਗਵੰਤ ਮਾਨ ਨੂੰ ਜਿਤਾਇਆ, ਅੱਜ ਤੱਕ ਪਿੰਡ 'ਚ ਨਹੀਂ ਆਏ। ਮੈਂ ਉਹਨੂੰ ਮਾਨ ਤਾਂ ਕਹਿੰਦੇ ਫਿਰ ਧੂਰੀ ਤੋਂ ਆ ਰਹੇ, ਸਪੈਸ਼ਲ ਉਹਨੂੰ ਟਵੀਟ ਲਿਖਿਆ ਕਿ ਪੁੰਨਾਲ ਦੇ ਵਿੱਚ ਨਾ ਹੀ ਤੈਨੂੰ ਇੱਥੋਂ ਨਾ ਵੋਟ ਮਿਲਣੀ ਹੈ ਨਾ ਕੁਛ ਹੋਣਾ। ਠੀਕ ਹੈ ਤੁਹਾਡੀ ਪਾਰਟੀ ਹੈ, ਕਿਵੇਂ ਵੀ ਹੈ ਲੋਕ ਤੁਹਾਡੇ ਨਾਲ ਜੁੜ ਗਏ, ਪਰ ਆਹ ਇਲਾਕੇ 'ਚ ਤੁਹਾਨੂੰ ਵੋਟ ਨਹੀਂ ਮਿਲਦੀ, ਇੱਥੇ ਸਰ ਦਲਵੀਰ ਸਿੰਘ ਗੋਲਡੀ ਨੂੰ ਹੀ ਵੋਟ ਮਿਲੂ, ਕਿਉਂਕਿ ਉਹਨਾਂ ਦੇ ਕੰਮ ਬੋਲਦੇ ਉਰੇ। ਹਾਂਜੀ ਬਸ ਹੁਣ ਵੋਟਾਂ ਤੱਕ ਘਰੇ ਨਹੀਂ ਰਹਿਣਾ, ਗੱਡੀ ਚੱਕ ਕੇ ਵੀਰੇ ਜਿੰਨੀਆਂ ਰਿਸ਼ਤੇਦਾਰੀਆਂ, ਮੈਨੂੰ ਤਾਂ ਕਹਿਣ ਦੀ ਲੋੜ ਨਾ, ਮੈਂ ਪਹਿਲਾਂ ਤੁਸੀਂ ਤਾਂ ਪਹਿਲਾਂ ਜਿੰਨਾ ਸਾਥ ਦਿੱਤਾ ਨਹੀਂ। ਥੈਂਕ ਯੂ ਵੀਰੇ, ਪਾਸਾ ਫਿਰ ਪਲਟਾਉਣਾ ਹੈ ਕਿ ਆਪਾਂ ਪੰਜਾਬ ਲਿਖਿਆ ਸੀਗਾ ਕਿ ਤੁਸੀਂ ਹੁਣ ਇੱਧਰ ਨਾ ਚੱਕੋ ਤਾਂ ਬਿਹਤਰ ਹੈ ਕਿ ਤੁਸੀਂ ਆਪਦੀ ਹਾਰ ਨੂੰ ਮਨਜ਼ੂਰ ਨਾ ਕਰੋ, ਕਿ ਉਹ ਤੁਹਾਡੀ ਪੱਕੀ ਹਾਰ ਹੋ ਗਈ ਇੱਥੇ ਇਹ ਇਲਾਕੇ 'ਚ ਆ ਕੇ, ਕਿਉਂਕਿ ਕੰਮ ਬਹੁਤ ਹੋਏ ਨੇ ਭਾਈ। ਭਗਵੰਤ ਮਾਨ ਬਹੁਤ ਵੱਡਾ ਫੇਸ ਹੈ ਆਮ ਆਦਮੀ ਪਾਰਟੀ ਦਾ, ਚਿਹਰਾ ਵੀ ਲਾਉਣ ਤਾਂ ਤੁਹਾਨੂੰ ਲੱਗਦਾ ਕਿ ਕੰਪੀਟੀਸ਼ਨ ਕੀ ਕਰਾਂਗੇ ਜਦੋਂ ਆਪਣੇ ਪਿੰਡ 'ਚ ਨਹੀਂ ਆਏ, ਕੋਈ ਕੰਮ ਨਹੀਂ ਹੋਇਆ, ਤਾਂ ਉਹ ਫੇਸ ਨੂੰ ਕੀ ਕਰਨਾ ਸੀ? ਅਸੀਂ ਕੰਮ ਦੇਖਣਾ, ਸਾਡਾ ਡਿਵੈਲਪ ਹੋਇਆ ਏਰੀਆ, ਅਸੀਂ ਵੋਟ ਉਹਨੂੰ ਹੀ ਪਾਉਣੀ ਹੈ, ਚਾਹੇ ਉਹ ਕਾਂਗਰਸ ਦਾ ਚਾਹੇ ਕੋਈ ਵੀ ਸੀ। ਜੇ ਗੋਲਡੀ ਆਮ ਆਦਮੀ 'ਚ ਹੁੰਦਾ ਸੀ ਹੁਣ ਵੀ ਵੋਟ ਪਾਉਂਦੇ, ਕਿਉਂਕਿ ਅਸੀਂ ਤਾਂ ਕੰਮ ਨੂੰ ਵੋਟ ਪਾ ਰਹੇ ਹਾਂ, ਕੰਮ ਹੋਇਆ ਉਹਨਾਂ ਦਾ ਅਸੀਂ ਵੋਟ ਪਾਵਾਂਗੇ। ਤੁਸੀਂ ਡਿਊਟੀਆਂ ਵੀ ਲਾ ਰਹੇ ਹੋ ਜਾ ਕੇ ਭਾਈ ਘਰੇ, ਛੋਟੇ ਭਰਾ ਨੇ, ਸਾਰਾ ਪਿੰਡ ਮੇਰੀ ਚਾਚੀ ਤਾਈਆਂ ਦਾ ਪਿੰਡ ਹੈ ਸਾਰਾ ਪਿੰਡ, ਕਿਉਂਕਿ ਇਹ ਲੜਾਈ ਵੀਰੇ ਇਕੱਲਿਆਂ ਦੀ ਤਾਂ ਹੈ ਨਹੀਂ, ਜੇ ਸਾਰੇ ਨਾਲ ਨੇ ਤਾਂ ਅਸੀਂ ਰਾਜੇ ਹਾਂ, ਇੱਕ ਦੂਜੇ ਦੇ ਨਾਲ ਹੀ ਅਸੀਂ ਸਾਰਾ ਕੁਛ ਹਾਂ। ਸਤਿ ਸ਼੍ਰੀ ਅਕਾਲ ਚਾਚਾ ਜੀ। ਸੋ ਇਹ ਕੰਪੇਨਿੰਗ ਦਾ ਤਰੀਕਾ ਹੈ, ਦਲਵੀਰ ਸਿੰਘ ਗੋਲਡੀ ਹੁਣਾਂ ਦੇ ਵਾਈਫ ਨੇ ਸਿਮਰਤ ਖੰਗੂੜਾ ਹੁਣੇ, ਮੇਰਾ ਪਰਿਵਾਰ ਹੋ ਬਸ, ਜਿੰਨੀਆਂ ਰਿਸ਼ਤੇਦਾਰੀਆਂ ਨੇ ਚਾਚਾ ਜੀ ਸਾਰਿਆਂ ਨੂੰ ਬਸ ਹੁਣ ਤੁਸੀਂ ਫੋਨ ਘੁਮਾ ਲਿਆ ਕਰੋ ਜੀ, ਤੇ ਇੱਕ ਦਿਨ ਗੱਡੀ ਚੱਕ ਕੇ ਸਾਰੇ ਕਿਤੇ ਜਾ ਕੇ ਜਿਵੇਂ ਪਿਛਲੀ ਵਾਰ ਕੀਤਾ ਸੀਗਾ ਜੀ। ਤੁਹਾਡੇ ਨਾਲ ਹੀ ਚਲੇ ਜਾਣਗੇ, ਇੱਕ ਵਾਰ ਤੁਸੀਂ ਆਪ ਜ਼ਰੂਰ ਪਰਸਨਲੀ ਜਾਇਓ ਚਾਚੇ, ਕਿਉਂਕਿ ਜਿੱਥੇ ਰਿਸ਼ਤੇਦਾਰ ਖੜਦਾ ਉੱਥੇ ਹੋਰ ਤਾਂ ਕਿਸੇ ਨੇ ਕੀ ਖੜਨਾ ਜੀ। ਠੀਕ ਹੈ ਚਾਚੇ, ਚੰਗਾ। ਕਿੱਦਾਂ? ਸਾਡੇ ਤਾਂ 5 ਸਾਲਾਂ 'ਚ ਬਹੁਤ ਕੰਮ ਹੋਣੇ ਜੀ, ਲੜਕਾ ਵੀ ਆਪਣਾ ਕਾਕੇ ਦੀ ਵਜ੍ਹਾ ਨਾਲ ਚਲਾ ਗਿਆ ਜੀ, ਅਤੇ ਬਾਕੀ ਆਪਣੀ ਨੂੰਹ ਵੀ ਲੱਗੀ ਹੈ ਟੀਚਰ ਜੀ ਆਪਣੇ ਸਕੂਲ ਦੇ ਵਿੱਚ, ਜਿਹੜਾ ਕਰਿਆ ਸੀ ਵਾਅਦਾ ਉਹਨਾਂ ਦਾ ਪੂਰਾ ਹੋਇਆ ਜੀ, 100% ਜੀ, ਅਸੀਂ ਤਾਂ ਮਤਲਬ ਨਾਲ ਆਏ। ਕੰਮ ਗੋਲਡੀ ਨੇ ਕਿ ਨਹੀਂ? ਇਹ ਤਾਂ ਨਹੀਂ ਕਿ ਪਿੰਡ ਦਾ ਹੋਣ ਕਰਕੇ ਤੁਸੀਂ ਕਹਿ ਰਹੇ ਹੋ ਰਿਸ਼ਤੇਦਾਰ ਹੈ। ਪਰਸਨ ਵੀ ਕਰਿਆ, ਪਿੰਡ ਦਾ ਵੀ ਕਰਿਆ, ਪਹਿਲਾਂ ਵਾਲਾ ਪਿੰਡ ਦਾ ਨਕਸ਼ਾ ਕੱਢ ਲਓ ਅਤੇ ਹੁਣ ਵਾਲੇ ਪਿੰਡ ਦਾ ਨਕਸ਼ਾ ਕੱਢ ਲਓ, ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਬਾਅਦ 'ਚ ਦੇਖ ਲਾਂਗੇ। ਠੀਕ ਹੈ ਜੀ, ਨੇੜੇ ਤੇੜੇ ਦੇ ਪਿੰਡਾਂ ਦੀ ਹਵਾ ਕੀ ਕਹਿੰਦੀ ਹੈ ਜੀ? ਉਹ ਤਾਂ ਬਾਅਦ 'ਚ ਦੱਸੂਗਾ ਜੀ, ਮੈਂ ਆਪਦੇ ਪਿੰਡ ਦਾ ਜ਼ਿੰਮੇਵਾਰ ਹਾਂ ਜੀ, ਮੈਂ ਖੁਦ ਆਪਦਾ ਜ਼ਿੰਮੇਵਾਰ ਹਾਂ, ਮੈਂ ਕਿਸੇ ਪਿੰਡ ਦੀ ਨਹੀਂ ਜ਼ਿੰਮੇ ਲੈਂਦਾ ਜੀ। ਠੀਕ ਹੈ ਜੀ। ਸੋ ਇਹ ਜ਼ਿੰਮੇਵਾਰੀਆਂ ਵੀ ਲੱਗ ਰਹੀਆਂ ਨੇ ਕਿ ਘਰ ਘਰ ਜਾ ਕੇ, ਕੰਪੇਨਿੰਗ ਦਾ ਤਰੀਕਾ ਹੈ, ਪਰਸਨਲੀ ਮਿਲ ਰਹੇ ਨੇ ਡੋਰ ਟੂ ਡੋਰ ਜਾ ਕੇ, ਘਰ ਘਰ ਜਾ ਕੇ ਗੋਲਡੀ ਖੰਗੂੜਾ ਉਹਨਾਂ ਦੀ ਪਤਨੀ, ਔਰ ਪਰਸਨਲੀ ਹਾਲ ਚਾਲ ਜਾਣਨ ਤੋਂ ਬਾਅਦ ਫਿਰ ਡਿਊਟੀਆਂ ਲੱਗ ਰਹੀਆਂ ਨੇ ਕਿ ਰਿਸ਼ਤੇਦਾਰੀਆਂ 'ਚ ਜਾ ਜਾ ਕੇ ਵੀ ਤੁਸੀਂ
ਉਹਨਾਂ ਨੂੰ ਕਹੋ ਵੋਟ ਵਾਸਤੇ। ਬਸ ਅਸੀਂ ਜਿਵੇਂ ਪਹਿਲਾਂ ਤੁਸੀਂ ਪਿਆਰ ਦਿੱਤਾ ਸੀ ਪਾਸਾ ਤੁਸੀਂ ਪਲਟਿਆ ਸੀ ਸਾਰਿਆਂ ਨੇ, ਐਤਕੀ ਫੇਰ ਪਲਟਣਾ। ਅਸਾਂ ਤੁਹਾਡੇ ਨਾਲ ਹੀ ਆ। ਨਹੀਂ ਨਹੀਂ ਠੀਕ ਹੈ ਚਾਚੀ, ਥੈਂਕ ਯੂ ਜੀ, ਠੀਕ ਹੈ ਚਾਚੀ, ਮਿਲਾਂਗੇ ਜੀ ਫਿਰ। ਸਤਿ ਸ਼੍ਰੀ ਅਕਾਲ। ਪਤਾ ਹੀ ਆ ਕਾਕੇ ਹੋਣਾ ਦਾ ਆਵਾਂ ਤਾਂ ਤੁਹਾਡੇ ਨਾਲ ਹੀ ਆ। ਹਾਂ ਜੀ ਹਾਂ ਜੀ ਕਿਤੇ ਬਸ ਤਾਂ। ਹਾਂ ਜੀ ਠੀਕ ਠਾਕ ਕੰਮ ਹੋਇਆ ਪਿੰਡ 'ਚ? ਹਾਂ ਹਾਂ ਹੋਇਆ ਹੋਇਆ। ਚੰਗੇ ਕੰਮ ਹੋਇਆ? ਹਾਂ ਚੰਗੇ। ਪਿੰਡ ਵਾਲੇ ਗੋਲਡੀ ਨਾਲ ਆ ਕੇ ਦੂਜੇ ਕਿਸੇ ਨੂੰ ਚੁਣਨ ਕੇ ਬਾਹਰ ਲੈ? ਅਸਾਂ ਸਾਰੇ ਇੱਧਰ ਹੀ ਆ, ਸਾਡਾ ਸਰੀਕੇ ਦਾ ਕੰਮ ਆ, ਅਸੀਂ ਕਿਵੇਂ ਬਦਲ ਜਾਵਾਂਗੇ? ਸਰੀਕੇ ਵਾਲੀ ਕੀ ਐ ਹੁੰਦਾ ਵੀ ਸਰੀਕਾ ਅੱਗੇ ਨਾ ਲੰਘ ਜੇ, ਸਰੀਕੇ ਦੇ ਨਾਲ ਹੀ ਹੋ? ਨਾ ਨਾ ਅਸਾਂ ਇੱਧਰ ਹੀ ਆ, ਜੇ ਆਪਦੇ ਨੇ ਜਿੱਤਾਂਗੇ ਤਾਂ ਫਿਰ ਹੋਰ ਕੌਣ ਜਿੱਤੂਗਾ। ਇਹ ਪਿੰਡ ਦਾ ਮਾਹੌਲ ਹੈ, ਦਲਵੀਰ ਗੋਲਡੀ ਹੁਣਾਂ ਦੇ ਪਿੰਡ ਦਾ ਮਾਹੌਲ, ਜਿੱਥੇ ਲੋਕਾਂ ਦੇ ਨਾਲ ਉਹਨਾਂ ਦੀ ਪਤਨੀ ਮਿਲ ਰਹੇ ਨੇ। ਲੋਕ ਕਹਿ ਰਹੇ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਸੜਕਾਂ ਸੀ, ਸੜਕਾਂ ਬਣਾਤੀਆਂ, ਗਲੀਆਂ ਬਣ ਗਈਆਂ, ਉਹ ਰਿਐਲਿਟੀ ਚੈੱਕ ਵੀ ਕਰਾਂਗੇ ਜਾਂਦੇ ਜਾਂਦੇ, ਪਰ ਦੇਖ ਸਕਦੇ ਹੋ ਇਹ ਸਟ੍ਰੈਟੇਜੀ ਵਾਈਜ਼ ਇਸ ਤਰੀਕੇ ਨਾਲ ਚੱਲ ਰਹੇ ਨੇ। ਗੋਲਡੀ ਹੁਣਾਂ ਦੀ ਪਤਨੀ ਜੋ ਵਾਈਫ ਨੇ, ਉਹ ਘਰ ਘਰ ਜਾ ਕੇ ਲੋਕਾਂ ਦੇ ਨਾਲ ਮਿਲਣੀ ਕਰ ਰਹੇ ਨੇ, ਬੀਬੀਆਂ ਦੇ ਨਾਲ ਪਰਸਨਲੀ ਮੁਲਾਕਾਤ ਕਰਨ ਤੋਂ ਬਾਅਦ ਰਿਸ਼ਤੇਦਾਰੀਆਂ 'ਚ ਵੀ ਡਿਊਟੀਆਂ ਲੱਗ ਰਹੀਆਂ ਨੇ। ਪਹਿਲਾਂ ਤੁਸੀਂ ਵੀ ਪਾਰ ਲੰਘਾਇਆ, ਐਤਕੀ ਫੇਰ ਲੰਘਾਉਣਾ ਜਦ ਜਿੱਥੇ। ਹਾਂਜੀ ਹਾਂਜੀ। ਇਹ ਜਿਹੜਾ ਤਰੀਕਾ ਹੈ, ਇਹ ਯੂਨੀਵਰਸਿਟੀ ਸਟਾਈਲ ਹੈ ਜਾਂ ਕੀ ਸਮਝਿਆ ਜਾਵੇ? ਨਹੀਂ ਵੀਰੇ, ਯੂਨੀਵਰਸਿਟੀ ਸਟਾਈਲ ਨਹੀਂ ਹੈਗਾ, ਇਹ ਹੈ ਪਿਆਰ, ਅਪਣੱਤ, ਆਪਣਾਪਨ, ਜਿਹੜਾ 10-12 ਸਾਲ ਹਲਕੇ 'ਚ ਰਹਿ ਕੇ ਸਾਨੂੰ ਸਾਡੀ ਝੋਲੀ ਮਿਲਿਆ। ਹਰ ਕੋਈ ਕਹਿੰਦਾ ਕਿ ਕੋਈ ਵੱਡਾ ਫੇਸ, ਕੋਈ ਛੋਟਾ ਫੇਸ, ਵੀਰੇ ਵੱਡਾ ਛੋਟਾ ਕੋਈ ਨਹੀਂ ਹੁੰਦਾ, ਜਿਹਦੇ ਨਾਲ ਜਨਤਾ ਹੈ ਉਹ ਸਭ ਤੋਂ ਵੱਡਾ ਬਸ। ਔਰ ਜਦ ਜਨਤਾ ਨਾਲ ਤੁਹਾਡਾ ਆਪਦਾ ਘਰੇਲੂ ਰਿਸ਼ਤਾ ਹੋਵੇ ਨਾ, ਜਦ ਇੱਕ ਗੱਲ ਹੈ ਵੀਰੇ, ਦੇਖੋ ਤੁਸੀਂ ਆਪਣੇ ਘਰ ਦਾ ਤੁਹਾਨੂੰ ਵੱਧ ਪਿਆਰ ਹੈ ਕਿਉਂਕਿ ਤੁਸੀਂ ਆਪਣੇ ਘਰ ਦੇ ਵਸਨੀਕ ਹੋ। ਜਦ ਕੋਈ ਗੈਸਟ ਆਉਂਦਾ ਉਹ ਤਾਂ ਨਹੀਂ ਤੁਹਾਡੇ ਘਰ ਦਾ ਪਿਆਰ ਕਰਦਾ, ਬਾਹਰਲਾ ਬਾਹਰਲਾ ਹੁੰਦਾ, ਘਰ ਦਾ ਹੀ ਹੁੰਦਾ। ਦੱਸੋ ਤੁਸੀਂ ਗੋਲਡੀ ਹੁਣਾਂ ਦੇ ਨਾਲ ਜਦੋਂ ਯੂਨੀਵਰਸਿਟੀ ਟਾਈਮ 'ਚ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਔਰ ਹਰ ਇਲੈਕਸ਼ਨ 'ਚ ਉਹਨਾਂ ਦੀ ਕੈਂਪੇਨਿੰਗ ਕਰਦੇ ਰਹੇ ਔਰ ਉਸ ਤੋਂ ਬਾਅਦ ਸਟ੍ਰੈਟਜੀ ਸ਼ੇਅਰ ਕਰਦੇ ਹੁੰਦੇ, ਹੁਣ ਵੀ ਸਟ੍ਰੈਟਜੀ ਕਿਹੜੀ ਪਲੈਨਿੰਗ, ਕਿਸ ਪਲੈਨਿੰਗ ਦੇ ਨਾਲ ਜਾਣਾ ਇਲੈਕਸ਼ਨ ਦੇ ਵਿੱਚ? ਬਿਲਕੁਲ ਬਿਲਕੁਲ, ਕਿਉਂਕਿ ਸਟ੍ਰੈਟਜੀ ਮੇਕਰ ਇੱਕੋ ਹੀ ਹੁੰਦਾ, ਬੋਸ ਇਜ਼ ਦਾ ਵਨ, ਉਹ ਬੋਸ ਨੇ, ਅਸੀਂ ਸਾਰੀ ਉਹਨਾਂ ਦੀ ਟੀਮ ਆ, ਜਿਵੇਂ ਜਿਵੇਂ ਸਾਨੂੰ ਗਾਈਡ ਕਰਦੇ ਨੇ ਅਸੀਂ ਪਿੱਛੇ ਪਿੱਛੇ ਉਹਨਾਂ ਦੇ ਚੱਲਦੇ ਹਾਂ, ਕਿਉਂਕਿ ਜੇ ਸਾਰੇ ਜਾਣੇ ਸਟ੍ਰੈਟਜੀਜ਼ ਬਣਾਉਣ ਲੱਗ ਜਾਣ ਉਹ ਖਿੰਡ ਜਾਂਦੀਆਂ ਨੇ। ਸਟ੍ਰੈਟਜੀ ਮੇਕਰ ਸ਼ੁੱਡ ਬੀ ਵਨ ਐਂਡ ਦਾ ਬੋਸ ਸ਼ੁੱਡ ਬੀ ਵਨ, ਹੀ ਇਜ਼ ਦਾ ਬੋਸ, ਔਰ ਅਸੀਂ ਸਾਰੇ ਉਹਨਾਂ ਦੇ ਪਿੱਛੇ ਪਿੱਛੇ ਚੱਲਣ ਵਾਲੇ ਹਾਂ। ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ ਹੋ ਜੀ? ਵੀਰੇ ਤਿਆਰੀ ਹੈ ਵੋਟਾਂ ਦੀ? ਹਾਂਜੀ। ਗੇੜਾ ਕੱਢਿਆ ਰਿਸ਼ਤੇਦਾਰੀਆਂ 'ਚ ਕੀ ਕੱਢਣਾ ਹਲੇ? ਨਹੀਂ ਫਿਲਹਾਲ ਤਾਂ ਜਾਣਾ ਹੈ, ਬਸ ਵੀਰੇ ਸੀ ਨਾ, ਬਸ ਉਹਦੇ ਕਰਕੇ ਨਹੀਂ ਆਇਆ। ਅੱਛਾ ਅੱਛਾ ਜੀ, ਕਿਵੇਂ ਕੀ ਹੋ ਗਿਆ ਸੀ? ਉਹ ਤਾਈ ਜੀ ਸੀਗੇ ਜੀ, ਉਹਨਾਂ ਨੂੰ ਉਹ ਹੋ ਗਈ ਸੀਗੀ, ਨਸ ਫਟ ਗਈ ਸੀ। ਓਹੋ, ਬੀਬੀ ਆਈ ਸੀ। ਅੱਛਾ ਅੱਛਾ ਜੀ, ਅੱਛਾ ਜੀ, ਕਿਵੇਂ ਹੁਣ ਏਜ ਕਿੰਨੀ ਸੀਗੀ ਵੀਰੇ? ਏਜ ਆਈ ਸੀ 75 ਪਲੱਸ। ਓਹੋ, ਫਿਰ ਤਾਂ ਕੋਈ ਜ਼ਿਆਦਾ ਵੀ ਨਹੀਂ ਸੀ। ਚਲੋ ਸੌਰੀ ਵੀਰੇ, ਉਹਦਾ ਕਰਦੇ ਉਹਦੇ ਬਾਰੇ ਹਾਂਜੀ, ਚਲੋ ਕੋਈ ਧਿਆਨ ਹੀ ਰੱਖਿਓ। ਆ ਜਾ ਬੈਠੋ। ਹਾਂਜੀ, ਬਸ ਵੀਰੇ ਬੈਠਣਾ ਨਹੀਂ, ਟਾਈਮ ਥੋੜਾ ਘੱਟ ਹੈ। ਲੈ ਲਓ ਚਾਹ, ਲੈ ਲਓ ਥੋੜੀ। ਨਾ ਨਾ ਨਹੀਂ, ਬਸ ਵੀਰੇ, ਬਸ ਹੁਣ ਤੁਸੀਂ, ਮੇਰੀ ਤਾਂ ਇੰਨੀ ਕੀ ਬੇਨਤੀ ਹੈ, ਤੁਹਾਨੂੰ ਤਾਂ ਮੈਂ ਵੋਟਾਂ ਲਈ ਕਹਿਣਾ ਹੀ ਨਹੀਂ, ਆਪਦੇ ਘਰ 'ਚ ਥੋੜਾ। ਹਾਂ ਜੀ, ਆਪਦੇ ਘਰ 'ਚ ਥੋੜੀ ਕਹਿੰਦਾ ਹੁੰਦਾ। ਹਾਂਜੀ, ਬਸ ਹੁਣ ਤਾਂ ਤੁਸੀਂ ਇਧਰੋਂ ਨਵੇੜ ਕੇ ਇੱਕ ਵਾਰ ਸਾਰੀ ਰਿਸ਼ਤੇਦਾਰੀਆਂ 'ਚ ਜਾਇਆ ਹੋ ਨਾ? ਜਾਵਾਂਗੇ। ਤੇ ਫਰੈਂਡ ਸਰਕਲ ਵੀ ਵੀਰੇ ਸਾਰਾ, ਪਿਛਲੀ ਵਾਰ ਵੀ ਤੁਸੀਂ ਹੀ ਸਾਰਾ ਕੁਝ ਕੀਤਾ ਸੀ, ਬਸ ਮੈਨੂੰ ਤਾਂ ਕਹਿਣ ਦੀ ਤਾਂ ਲੋੜ ਹੀ ਨਹੀਂ ਵੀਰੇ, ਪਰ ਫੇਰ ਵੀ ਮੈਂ ਇੱਕ ਵਾਰੀ ਆ ਗਈ। ਮੈਂ ਕਿਹਾ ਚਲੋ, ਸਤਿ ਸ਼੍ਰੀ ਅਕਾਲ ਜੀ। ਤੀਏ ਬੇਫਿਕਰ ਰਹੇ। ਅੱਛਾ ਜੀ, ਅਸੀਂ ਤਾਂ ਬਸ ਤੇਰੇ ਕਨੀ ਸਾਰਾ ਸਾਡੇ ਬਟੇ ਕੱਢਤੇ ਤੁਸੀਂ, ਹੈ ਸਾਡੇ ਕਨੀ ਤਾਂ ਤੇ ਆਪਦੇ ਹੱਥ 'ਚ ਫੜ ਕੇ ਰਹੀ ਵੋਟਾਂ। ਨਾ 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 ਤਾਈ ਜੀ, ਹੱਥ ਨਹੀਂ ਨਾ, ਤੁਹਾਨੂੰ ਤਾਂ ਤਾਈ ਜੀ ਮੈਂ ਵੋਟਾਂ ਨੂੰ ਕਹਿਣ ਹੀ ਨਹੀਂ ਆਈ, ਮੈਂ ਤਾਂ ਤੁਹਾਨੂੰ ਇਹ ਕਹਿਣ ਆਈ ਹਾਂ ਕਿ ਉਹ ਗੱਡੀ 'ਤੇ ਕੱਪੜਾ ਚੱਕ ਦਿਓ, ਹੁਣ ਤੇਲ ਪਵਾ ਕੇ ਰਿਸ਼ਤੇਦਾਰੀਆਂ 'ਚ ਚੱਲੋ, ਹੁਣ ਟਾਈਮ ਨਹੀਂ ਹੈਗਾ। ਜਿੱਥੇ ਮਰਜ਼ੀ ਦੋ ਲੈ ਜੀ, ਚਾਹੇ
ਚੰਗਾ ਤਾਏ ਜੀ ਰੱਖਿਓ ਜੀ ਧਿਆਨ ਬਸ ਹੁਣ ਵੀਹ ਕੁ ਦਿਨ ਹੀ ਰਹਿ ਗਏ ਤਾਏ ਜੀ ਘਰੇ ਨਹੀਂ ਰਹਿਣਾ ਆਪਾਂ ਹੁਣ ਸਾਰੇ ਰਿਸ਼ਤੇਦਾਰੀਆਂ ਚ ਪਿਛਲੀ ਵਾਰ ਮੰਗੋ ਡੋਲੂ ਬਹਾਦਰ ਹੁਣ ਹੱਸ ਪੈਂਦਾ ਕਹਿੰਦਾ ਕਿ ਮੇਰੇ ਯਾਦ ਆ ਜਾਣੀ ਪੁਰਾਣੀਆਂ ਯਾਦਾਂ ਗੋਲਡੀ ਨਾਲ ਹੈ ਹਾਂ ਹੋਰ ਸਾਡੀਆਂ ਤਾਂ ਪਹਿਲੇ ਦਿਨ ਤੋਂ ਹੈ ਇੰਨਾ ਕਦੀ ਬਹਾਦਰ ਮੇਰੇ ਆਈ ਤੋਂ ਇਹਨਾਂ ਦੇ ਬਜ਼ੁਰਗ ਕੱਠੀ ਵੀੜੀ ਤੀ ਸਾਡਾ ਬਾਲੇ ਸਾਲ ਵੀੜੀਆਂ ਰਹੀਆਂ ਨੇ ਸਾਡੀਆਂ ਨਾਲ ਨੇੜੇ ਦੇ ਪਿੰਡ ਕੀ ਕਹਿੰਦੇ ਆ ਤੇ ਚਲੋ ਤੁਹਾਡਾ ਆਪਦਾ ਪਿੰਡ ਆ ਨੇੜੇ ਦੇ ਪਿੰਡ ਕੀ ਕਹਿੰਦੇ ਸਾਰੇ ਵੋਟਾਂ ਪਾਉਣਗੇ ਬਹੁਤ ਵਧੀਆ ਕੰਮ ਹੋ ਗਿਆ ਸਾਡੇ ਪਿੰਡ ਦੇ ਪਿੰਡ ਤਾਂ ਕਹਿੰਦੇ ਗੋਲਡੀ ਨੇ ਬਾਬਾ ਕੰਮ ਕਰਿਆ ਨਾਲ ਦੇ ਪਿੰਡਾਂ 'ਚ ਵੀ ਕਰਿਆ ਹਾਂ ਸਾਰੇ ਕਰਿਆ ਕੰਮ ਤਾਂ ਸੜਕਾਂ ਰਹਿੰਦੀਆਂ ਨੇ ਇਹ ਵੀ ਨਿਕਲ ਰਹੀਆਂ ਨੇ ਸਾਡਾ ਬਹੁਤ ਕੰਮ ਹੋ ਗਏ ਬਹੁਤ ਵਧੀਆ ਕੰਮ ਹੋ ਪ੍ਰਚਾਰ ਦਾ ਅਨੋਖਾ ਤਰੀਕਾ ਤੁਸੀਂ ਸਪੈਸ਼ਲੀ ਡਿਊਟੀਆਂ ਲਾਤੀਆਂ ਜ਼ਿੰਮੇਵਾਰੀਆਂ ਪੱਕੀਆਂ ਵੀ ਰਿਸ਼ਤੇਦਾਰੀਆਂ 'ਚ ਜਾ ਕੇ ਆਉਣਾ ਹੀ ਆਉਣਾ ਨਹੀਂ ਛੋਟੇ ਵੀਰ ਇਸ ਵਾਰੀ ਨਹੀਂ ਪਿਛਲੀ ਵਾਰ ਵੀ ਸਾਡੇ ਪਿੰਡ ਨੇ ਬਿਨਾਂ ਕਹੇ ਜਦ ਵੀ ਮੈਂ ਕਿਸੇ ਪਿੰਡ 'ਚ ਜਾਂਦੀ ਸੀ ਮੈਨੂੰ ਇਹ ਸੁਨੇਹਾ ਮਿਲਦਾ ਸੀ ਕਿ ਪੁੰਨਾ ਹਾਲ ਤੋਂ ਸੁਨੇਹਾ ਸਾਨੂੰ ਆ ਚੁੱਕਿਆ ਪਿਛਲੀ ਵਾਰ ਵੀ ਸਾਡੇ ਪਿੰਡ ਨੇ ਇਕੱਲੇ ਅਸੀਂ ਕੰਪੇਨ ਨਹੀਂ ਕੀਤੀ ਸਾਡੇ ਪਿੰਡ ਦੇ ਇੱਕ ਇੱਕ ਘਰ ਨੇ ਆਲੇ ਦੁਆਲੇ ਰਿਸ਼ਤੇਦਾਰੀਆਂ 'ਚ ਸਾਡੀ ਕੰਪੇਨ ਕੀਤੀ ਸੀ ਤਰੀਕਾ ਹੀ ਬੜਾ ਡਿਫਰੈਂਟ ਹੈ ਸਤਿ ਸ਼੍ਰੀ ਅਕਾਲ ਤਾਈ ਜੀ ਕਿਵੇਂ ਹੋ ਤਕੜੇ ਹੋ ਆ ਧੂਣੀ ਵਾਲੀ ਬੈਠੀ ਹੋ ਤੁਸੀਂ ਤਾਂ ਮੌਜ 'ਚ ਸਾਨੂੰ ਵੀ ਠੰਡ ਲੱਗਦੀ ਹੈ ਤੁਸੀਂ ਵੀ ਸੇਕ ਲਓ ਚਾਹ ਪਿਓ ਨੇ ਆ ਟਾਈਮ ਹੀ ਨਹੀਂ ਹੈਗਾ ਸੇਕਣ ਦਾ ਹੁਣ ਤੁਹਾਡੇ ਪੁੱਤ ਨੂੰ ਟਿਕਟ ਮਿਲ ਗਈ ਫੇਰ ਲੱਗ ਗਿਆ ਪਤਾ ਤੁਸੀਂ ਗੋਲੀਆਂ ਡੱਪੇ ਲੈ ਕੇ ਕਾਇਮ ਹੋ ਜਾਓ ਫਿਰ ਆਪਾਂ ਨਾਲ ਚੱਲਾਂਗੇ ਠੀਕ ਹੈ ਜੀ ਚੰਗਾ ਤਾਈ ਜੀ ਧਿਆਨ ਰੱਖਿਓ ਵੀਰੇ ਉਹਨਾਂ ਨੂੰ ਕਹਿ ਦਿਓ ਨਾ ਚਾਹ ਨੀ ਹਲੇ ਅੱਧਾ ਪਿੰਡ ਪਿਆ ਹਾਂਜੀ ਚੰਗਾ ਤਾਈ ਜੀ ਰਿਸ਼ਤੇਦਾਰੀਆਂ ਚ ਗੇੜਾ ਕੱਢਿਆ ਹੁਣ ਕੱਢਿਆ ਹੋ ਵੀਰੇ ਸਾਰੇ ਮੈਂ ਤਾਂ ਤਾਈ ਨੂੰ ਵੀ ਕਹਿੰਦੀ ਸੀ ਮੈਂ ਕਿਹਾ ਸੋਹਣਾ ਜਿਹਾ ਸੂਟ ਪਾ ਕੇ ਤਾਈ ਸਾਰੇ ਕਿਤੇ ਗੇੜਾ ਕੱਢਿਆ ਹੋ ਵੀਰੇ ਜਾਇਆ ਹੋ ਸਾਰੀਆਂ ਰਿਸ਼ਤੇਦਾਰੀਆਂ ਚ ਜਿਵੇਂ ਪਿਛਲੀ ਵਾਰ ਗਏ ਸੀ ਥੈਂਕ ਯੂ ਵੀਰੇ ਥੈਂਕ ਯੂ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਲੋਕ ਇਸੇ ਤਰ੍ਹਾਂ ਜਾਣਗੇ ਡਿਊਟੀਆਂ ਲਾਤੀਆਂ ਤੁਸੀਂ ਬਿਲਕੁਲ ਵੀਰੇ ਆਹ ਪਿਛਲੀ ਵਾਰ ਵੀ ਸਾਡੀ ਇਲੈਕਸ਼ਨ ਇਹ ਹੋਈ ਸੀ ਜਦ ਲੋਕ ਕਿਉਂਕਿ ਤਦ ਅਸੀਂ ਨਵੇਂ ਸੀ ਤਦ ਸਾਨੂੰ ਪੁੱਛਦੇ ਸੀ ਕਿਹੜਾ ਗੋਲਡੀ ਸਾਡੇ ਪਿੰਡਾਂ ਨੇ ਦੱਸਿਆ ਕਿ ਸਾਡੇ ਵਾਲਾ ਗੋਲਡੀ ਇਹ ਸਾਡੇ ਲੋਕਾਂ ਨੇ ਦੱਸਿਆ ਸੀ ਕਿ ਗੋਲਡੀ ਦੀ ਕੀ ਪਹਿਚਾਣ ਹੈ ਪਹਿਚਾਣ ਹੀ ਸਾਡੀ ਲੋਕਾਂ ਤੋਂ ਹੈ ਕਿਹੜੇ ਕਿਹੜੇ ਕੰਮ ਲੈ ਕੇ ਜਾ ਰਹੇ ਤੁਸੀਂ ਵੀ ਆਹ ਕੰਮ ਧੂਰੀ ਦੇ ਵਿੱਚ ਹੋ ਗਏ ਕੰਮ ਵੀਰੇ ਜੇ ਮੈਂ ਕਹੂੰਗੀ ਹੋ ਗਏ ਜਾਂ ਕਰਨੇ ਹੈ ਉਹਦਾ ਕੋਈ ਮੁੱਲ ਨਹੀਂ ਸਭ ਨੂੰ ਸਭ ਪਤਾ ਇੰਟਰਨੈਟ ਸਭ ਕੋਲ ਹੈ ਅੱਜ ਕੱਲ੍ਹ ਤਾਂ ਬਾਬੇ ਤੁਸੀਂ ਦੇਖੋ ਸੱਥਾਂ 'ਚ ਬੈਠੇ ਯੂਟਿਊਬ ਵੀ ਸੁਣਦੇ ਹੁੰਦੇ ਨੇ ਤਾਂ ਮੈਂ ਕਹਾਂ ਉਹ ਗੱਲ ਨਹੀਂ ਬਣਦੀ ਜਦ ਮੂਹਰੋਂ ਲੋਕ ਕਹਿੰਦੇ ਨੇ ਕਿ ਪੁੱਤ ਸਾਡਾ ਆਹ ਕਰਤਾ ਸਾਡਾ ਉਹ ਹੋ ਗਿਆ ਸਾਡੇ ਹਲਕੇ 'ਚ ਇਹ ਹੋ ਗਿਆ ਜਾਂ ਅਗਲਾ ਕਹਿੰਦਾ ਸਾਡਾ ਰਿਸ਼ਤੇਦਾਰ ਫਲਾਨੇ ਹਲਕੇ 'ਚ ਉਹ ਕਹਿੰਦਾ ਭਈ
ਛੰਡ ਕੱਢਤੇ ਮੁੰਡੇ ਨੇ, ਇਹ ਜਿਹਾ MLA ਸਾਡੇ ਵੀ ਹੋਵੇ, ਇਹ ਚੀਜ਼ਾਂ ਦਾ ਸਵਾਦ ਆਉਂਦਾ। ਇਲਾਕੇ ਵਾਲੀ ਵੀਡੀਓ ਬੜੀ ਵਾਇਰਲ ਹੋਈ ਸੀ ਗੋਲਡੀ ਹੁਣਾਂ ਦੀ, ਕਿ ਬੜਾ ਦਬੰਗ ਤਰੀਕੇ ਨਾਲ ਚੱਕ ਕੇ ਬੈਰੀਕੇਡ ਹਟਾ ਦਿੱਤੇ, ਔਰ ਉਹ ਵੀਡੀਓ ਦੇਖਿਆ ਸੀਗਾ ਤੁਸੀਂ? ਜੀ ਜੀ ਬਿਲਕੁਲ ਵੀਰੇ, ਪੂਰੇ ਹਿੰਦੁਸਤਾਨ 'ਚ ਗੋਲਡੀ ਜੀ ਨੇ ਐਗਜ਼ਾਮਪਲ ਸੈੱਟ ਕੀਤੀ ਹੈ, ਹੀ ਇਜ਼ ਦਾ ਫਸਟ MLA ਪੂਰੇ। ਰਿਐਕਸ਼ਨ ਕੀ ਸੀ ਜੋ ਤੁਸੀਂ ਪਹਿਲੇ ਦਿਨ ਵੀਡੀਓ ਦੇਖਿਆ, ਵੀ ਆਹ ਕੀ ਕੀਤਾ ਗੋਲਡੀ? ਨਹੀਂ ਬਿਲਕੁਲ ਵਧੀਆ, ਉਹਨਾਂ ਦਾ ਐਕਸ਼ਨ ਹੋਣਾ ਹੀ ਇਹ ਚਾਹੀਦਾ, ਜਦ ਸਹੀ ਹੋ ਨਾ ਬੰਦਾ। ਹੁਣ ਵੀਰੇ ਮੈਂ ਤੁਹਾਡੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੀ ਹਾਂ, ਕਿਉਂਕਿ ਮੈਂ ਸਹੀ ਹਾਂ। ਗੋਲਡੀ ਜੀ ਨੇ ਕੰਮ ਸਹੀ ਕੀਤੇ ਨੇ, ਤਾਂ ਅੱਜ ਸਾਡੀ ਸਭ ਦੀ ਸਟਰੈਂਥ ਉਹਨਾਂ ਦਾ ਸਹੀ ਹੋਣਾ ਸੀ। ਜੇ 5 ਸਾਲ ਉਹ ਲੋਕਾਂ 'ਚ ਵਿਚਰੇ, ਲੋਕਾਂ 'ਚ ਰਹੇ, ਪਰਿਵਾਰ ਮੰਨਿਆ, ਤਾਂ ਅੱਜ ਸਾਨੂੰ ਤੁਸੀਂ ਦੇਖੋ ਹੱਥਾਂ 'ਤੇ ਚੱਕਦੇ ਨੇ। ਜੇ ਕਿਤੇ ਅਸੀਂ ਇਹੀ ਵੋਟਾਂ ਵੇਲੇ ਆਏ ਹੁੰਦੇ ਤਾਂ ਫਿਰ ਇਹੀ ਸੋਟੀਆਂ ਪੈਣੀਆਂ ਸੀ ਜਿਵੇਂ ਬਾਕੀਆਂ ਦੇ। ਦੇਖੋ ਟਾਈਮ ਵੀ ਗੋਲਡੀ ਇਹੋ ਜਿਹਾ ਹੀ ਸੀਗਾ। ਬਿਲਕੁਲ ਬਿਲਕੁਲ ਵੀਰੇ, ਬਦਲਿਆ ਨਹੀਂ, ਬਦਲੇ ਤਾਂ ਬਿਲਕੁਲ ਨਹੀਂ, ਉਹੀ ਇਹਨਾਂ ਦੀ ਨੇਚਰ ਹੈ ਵੀਰੇ। ਸ਼ੁਰੂ ਤੋਂ ਕਾਮ ਡਾਊਨ ਰਹਿਣਾ, ਬਹੁਤ ਪਲੈਨਿੰਗ ਨਾਲ ਚੱਲਣਾ, ਸੋਚ ਸਮਝ ਕੇ ਚੱਲਣਾ, ਫਰੋਮ ਦ ਡੇ ਵਨ ਹੀ ਇਜ਼ ਦ ਸਿੰਗ। ਤੁਸੀਂ ਕਿੰਨਾ ਕੁ ਬਦਲਿਆ ਗੋਲਡੀ ਨੂੰ? ਨਹੀਂ ਮੈਂ ਕਿਹੜੀਆਂ ਆਦਤਾਂ ਜਿਹੜੀਆਂ ਸੀ ਚੇਂਜ ਕਰ? ਨਹੀਂ ਮੈਂ ਨਹੀਂ ਬਦਲ ਪਾਈ, ਉਹਨਾਂ ਨੇ ਮੈਨੂੰ ਬਦਲਤਾ। ਮੇਰੀ ਨੇਚਰ ਬਹੁਤ ਅਗਰੈਸਿਵ ਹੈ, ਮੈਂ ਬਹੁਤ ਅਗਰੈਸਿਵ ਹੁੰਦੀ ਸੀ, ਜ਼ਿਆਦਾ ਹੁੰਦਾ, ਬਹੁਤ ਜ਼ਿਆਦਾ, ਜ਼ਿਆਦਾ ਨਹੀਂ ਬਹੁਤ ਜ਼ਿਆਦਾ, ਪਰ ਉਹਨਾਂ ਨੇ ਮੈਨੂੰ ਚੇਂਜ ਕਰਤਾ। ਨੀਤੀ ਤਾਂ ਗੁੱਸੇ ਦੀ ਜਗ੍ਹਾ ਹੀ ਨਹੀਂ? ਨਹੀਂ ਉਹੀ ਤਾਂ ਮੈਂ ਕਹਿ ਰਹੀ, ਉਹਨਾਂ ਨੇ ਮੈਨੂੰ ਚੇਂਜ ਕਰਤਾ। ਰਾਜਨੀਤਿਕ ਤਾਂ ਗੋਲਡੀ ਨੇ, ਮੈਂ ਤਾਂ ਪਰਿਵਾਰ ਹਾਂ, ਆਹ ਹਲਕੇ ਦੇ ਵੀ ਪਰਿਵਾਰ ਦੇ ਹੀ ਮੈਂਬਰ ਹਾਂ, ਉਹਨਾਂ ਦੇ ਵੀ ਪਰਿਵਾਰ ਆ। ਰਾਜਨੀਤਿਕ ਤਾਂ ਸਾਡੇ 'ਚੋਂ ਸਿਰਫ ਗੋਲਡੀ ਨੇ, ਮੈਂ ਤਾਂ ਹੈ ਹੀ ਨਹੀਂ, ਮੈਂ ਤਾਂ ਐਕਸੈਪਸ਼ਨਲ ਆ ਰਾਜਨੀਤੀ। ਜਿਹੜੇ ਸੀ ਨੇੜੇ ਤੇੜੇ ਦੇ ਜਾਂ ਰਿਸ਼ਤੇਦਾਰ ਫੋਨ ਕਰਕੇ ਕਹਿੰਦੇ ਸੀ ਕਿ ਸਿਮਰਤ ਸਾਡਾ ਆਹ ਕੰਮ ਕਰਾ ਦਿਓ ਗੋਲਡੀ ਨੂੰ ਕਹਿ ਕੇ, ਲੋਕ ਹੱਕ ਨਾਲ ਕਰਦੇ ਹੋਣੇ ਫੋਨ, ਜਿੰਨੇ ਹੱਕ ਨਾਲ ਤੁਸੀਂ ਜਾ ਰਹੇ ਹੋ ਫਿਰ? ਬਿਲਕੁਲ ਬਿਲਕੁਲ, ਇਹ ਛੋਟੇ ਵੀਰ 10 ਮੈਨੂੰ ਲੱਗਦਾ 2008 ਸਾਡਾ ਵਿਆਹ ਹੋਇਆ, ਜਿਹੜਾ ਮੇਰਾ 9646404035 ਇਹੀ ਨੰਬਰ ਹਲਕੇ 'ਚ 10-12 ਸਾਲਾਂ ਤੋਂ ਮੈਂ ਜਾ ਰਹੀ ਹਾਂ, ਮੇਰਾ ਨੰਬਰ ਸੇਮ ਹੈ, ਹੱਕ ਸੇਮ ਹੈ। ਜੇ ਸ਼ਾਇਦ ਕਿਤੇ ਕਾਣੇ ਹੁੰਦੇ ਗੋਲਡੀ ਜੀ ਜਾਂ ਕੰਮ ਕਰਨ ਦੀ ਨੀਤ ਸਾਡੀ ਨਾ ਹੁੰਦੀ, ਤਾਂ ਸਭ ਤੋਂ ਪਹਿਲਾਂ ਟੈਲੀਫੋਨ ਨੰਬਰ ਚੇਂਜ ਹੁੰਦੇ ਨੇ ਸਾਡੇ। ਬਾਕੀ ਹਲਕੇ ਦੇ ਜਿਹੜੇ ਕੈਂਡੀਡੇਟ ਹੁਣ ਖੜਨਾ ਚਾਹੁੰਦੇ ਨੇ, ਪਹਿਲੇ ਵੀ ਉਹਨਾਂ ਕੋਲ ਬਹੁਤ ਵੱਡੀਆਂ ਅਹੁਦੇਦਾਰੀਆਂ ਨੇ, 7-8 ਸਾਲਾਂ ਤੋਂ ਨੁਮਾਇੰਦਗੀ ਕਰ ਰਹੇ ਨੇ, ਉਹਨਾਂ ਦਾ ਨੰਬਰ ਪੁੱਛ ਕੇ ਦੇਖਿਓ ਕਿੰਨਿਆਂ ਕੁ ਕੋਲ ਆ। ਇਹ ਫਰਕ ਆ, ਇਹ ਅਪਣੱਤ ਹੈ। ਠੀਕ ਹੈ, ਨੇੜੇ ਦੇ ਪਿੰਡਾਂ 'ਚ ਵੀ ਹੁਣ ਜਾਣਾ ਸ਼ੁਰੂਆਤ ਇੱਥੋਂ ਕਰਨ ਤੋਂ ਬਾਅਦ, ਤੁਸੀਂ ਉੱਥੇ ਵੀ ਇੰਨੇ ਹੱਕ ਦੇ ਨਾਲ ਹੀ ਲੋਕਾਂ ਨੂੰ ਕਹਿਣਾ ਵੀ ਰਿਸ਼ਤੇਦਾਰੀਆਂ ਜਾ ਕੇ ਆਉਣਾ, ਜਾਂ ਇਹ ਆਪਦਾ ਪਿੰਡ ਹੈ ਇਸ ਕਰਕੇ? ਤੁਸੀਂ ਨਾਲ ਚੱਲਿਓ ਵੀਰੇ, ਤੁਸੀਂ ਐਵਰੀ ਡੇ ਆਪਣੀ CID ਪਿੱਛੇ ਰੱਖਿਆ ਕਰੋ, ਫਿਰ ਸਵਾਦ ਆਉਂਦਾ ਨਾ ਕਿ ਬਣਿਆ ਕੀ ਹੈ। ਇਹ ਮੈਂ ਪਰਮਾਤਮਾ ਤੋਂ ਡਰ ਕੇ ਅਤੇ ਆਪਣੇ ਲੋਕਾਂ ਦੇ ਸਦਕੇ ਗੱਲਾਂ ਕਰ ਸਕਦੀ ਹਾਂ। ਨਹੀਂ ਕੀ ਔਕਾਤ ਸੀ ਮੇਰੀ ਜਾਂ ਗੋਲਡੀ ਦੀ, ਅਸੀਂ ਤਾਂ ਉਹ ਮਿੱਟੀ ਹਾਂ ਜਿਹੜੇ ਸਭ ਦੇ ਚਰਨਾਂ ਦੀ ਧੂੜ 'ਚ ਹੀ ਰਹਿਣਾ ਚਾਹੁੰਦੇ ਹਾਂ ਅਤੇ ਰਹਾਂਗੇ। ਸਾਡੀ ਕੋਈ ਔਕਾਤ ਨਹੀਂ, ਬਹੁਤ ਵੱਡੇ ਚਿਹਰਿਆਂ ਨੇ ਆਉਣਾ, ਉਹ ਬਹੁਤ ਵੱਡੇ ਨੇ, ਅਸੀਂ ਤਾਂ ਬਹੁਤ ਨਿਮਾਣੇ ਜਿਹੇ ਹਾਂ, ਬਸ ਸਾਡਾ ਪਰਿਵਾਰ ਹੈ। ਡਰ ਲੱਗਦਾ ਕਦੇ ਕਿ ਵੱਡੇ ਚਿਹਰੇ, ਵੱਡਾ ਨਾਮ ਕਈ ਵਾਰ ਦੇਖ ਕੇ ਲੋਕ ਹਵਾ ਚੱਲ ਪੈਂਦੀ ਹੁੰਦੀ ਹੈ, ਜਾਂ ਗੋਲਡੀ ਦੇ ਕੰਮ ਨੂੰ ਲੈ ਕੇ ਕੀ ਲੱਗਦਾ, ਡਰ ਲੱਗਦਾ ਕਦੇ ਕਿਸੇ ਚੀਜ਼ ਨੂੰ? ਤੁਹਾਨੂੰ ਸਹੀ ਗੱਲ ਦੱਸਾਂ, ਜੇ ਕਦੇ ਡਰ ਲੱਗੂਗਾ ਜਾਂ ਡੋਲੂੰਗੀ, ਪਹਿਲੇ ਪਰਮਾਤਮਾ, ਦੂਜਾ ਮੇਰਾ ਹਲਕਾ। ਬਹੁਤ ਮਾਣ ਹੈ ਮੈਨੂੰ, ਬਹੁਤ ਮਾਣ ਹੈ ਕਿ ਮੇਰੇ ਹਲਕੇ ਦੇ ਲੋਕ ਮੈਨੂੰ ਡੋਲਣ ਨਹੀਂ ਦਿੰਦੇ। ਜਿਵੇਂ ਜਦ ਆਪਾਂ ਡਿੱਗਦੇ ਹਾਂ ਨਾ, ਮਾਵਾਂ ਹੱਥਾਂ 'ਤੇ ਚੱਕ ਲੈਂਦੀਆਂ ਨੇ, ਇਹ ਮੇਰੀਆਂ ਉਹ ਮਾਵਾਂ ਨੇ, ਸਾਨੂੰ ਹੱਥਾਂ 'ਤੇ ਚੱਕਣਗੀਆਂ ਹੀ ਚੱਕਣਗੀਆਂ, ਇਤਿਹਾਸ ਲਿਖਿਆ ਜਾਊਗਾ, ਧੂਰੀ ਤੋਂ ਹੀ ਲਿਖਿਆ ਜਾਊਗਾ। ਮਿਲਣਾ ਹੁਣ ਤੁਸੀਂ ਰਿਸ਼ਤੇਦਾਰੀਆਂ 'ਚ ਜਾ ਜਾ ਘਰਾਂ 'ਚ ਕਹਿ ਰਹੇ ਆ, ਤੁਹਾਡੀ ਵੀ ਡਿਊਟੀ ਲਾ ਦੇਣੀ ਇਹਨਾਂ ਨੇ ਵੀ ਰਿਸ਼ਤੇਦਾਰੀਆਂ ਜਾਓ ਤਾਂ ਪੁੱਤ, ਸਾਰਿਆਂ ਕੋਲ ਜਾਣਾ ਪੈਂਦਾ, ਤੈਨੂੰ ਪਤਾ ਹੀ ਹੈ ਪਿੰਡਾਂ ਤਾਂ ਸਭ ਨੂੰ। ਹਾਂ 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 ਆਪਣੇ ਮੁੰਡੇ ਲਈ ਜਾਣਾ। ਹਾਂਜੀ ਹਾਂਜੀ,
ਘਰ ਦੇਖਦੇ ਵਧੀਆ ਤੇ ਕਿੰਨਾ ਕਿੰਨਾ ਪਿਆ ਹੁੰਦਾ। ਚਲੋ ਵੀ ਜੀ ਧਿਆਨ ਰੱਖਿਓ ਸਾਰੇ ਰਿਸ਼ਤੇਦਾਰੀਆਂ ਚ ਜਾ ਕੇ, ਹੈਨਾ, ਟੈਲੀਫੋਨ ਤਾਂ ਸਾਰਿਆਂ ਨੂੰ ਘੁਮਾ ਦਿਓ। ਹਾਂ ਹਾਂ ਚੰਗਾ ਬਿੱਲੇ, ਹੈਨਾ, ਠੀਕ ਹੈ ਠੀਕ ਹੈ ਵੀਰੇ। ਨਾ ਨਾ ਤੁਹਾਡੇ ਸਿਰ ਤੇ ਮੈਨੂੰ ਕਾਹਦਾ ਫਿਕਰ ਹੈ, ਮੇਰਾ ਤਾਂ ਹੌਸਲਾ ਤੁਸੀਂ ਹੋ। ਤੈਨੂੰ ਅੱਗੇ ਮਾਰਿਆ ਜੀ। ਹਾਂ ਜੀ ਹਾਂ ਜੀ, ਗੁਰਦੁਆਰੇ ਜਾਂਦੇ ਹੋ ਤਾਂ ਅਰਦਾਸ ਜ਼ਰੂਰ ਕਰਿਆ ਕਰੋ। ਅੱਗੇ ਤੈਨੂੰ ਤਾਹ ਕਰਤਾ ਤੇ ਇਹੀ ਹੁਣ ਕਰਦਾ। ਠੀਕ ਹੈ ਤਾਈ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਪਿੰਡਾਂ ਦੇ ਵਿੱਚ ਲਗਾਤਾਰ ਜਾ ਰਹੇ ਨੇ ਗੋਲਡੀ ਹੁਣਾਂ ਦੇ ਪਾਈਪ ਨਹੀਂ, ਤੁਸੀਂ ਪਿੰਡ ਇਸੇ ਪਿੰਡ ਦੇ ਹੋ? ਹਾਂਜੀ ਇਸੇ ਪਿੰਡ ਦੇ ਹਾਂ। ਪਹਿਲਾਂ ਵੀ ਆਉਂਦੇ ਕਿ ਅੱਜ ਆਏ ਇਲੈਕਸ਼ਨ ਕਰ? ਬਹੁਤ ਵਾਰ ਆਉਂਦੇ ਰਹਿੰਦੇ ਨੇ। ਕੰਮ ਕੁੰਮ ਖਾਸੇ ਕਰੇ ਕਿ ਕਿਵੇਂ? ਕਰੇ ਨਹੀਂ, ਬਹੁਤ ਵਧੀਆ ਸੜਕਾਂ ਬਣਵਾ ਰਹੀਆਂ ਨੇ ਹੁਣ ਅਤੇ ਸੀਵਰੇਜ ਵਗੈਰਾ ਬਹੁਤ ਵਧੀਆ ਕੰਮ ਕੀਤੇ ਨੇ ਅਤੇ ਗਰਾਊਂਡ ਬਣਾਏ ਨੇ, ਵਾਲੀਬਾਲ ਲਈ ਗਰਾਊਂਡ ਦਿੱਤਾ ਸਾਨੂੰ ਅਤੇ ਕ੍ਰਿਕਟ ਗਰਾਊਂਡ ਬਹੁਤ ਵਧੀਆ, ਕ੍ਰਿਕਟ ਗਰਾਊਂਡ ਵੀ ਬਹੁਤ ਵਧੀਆ ਬਣਾ ਰਹੇ ਨੇ ਸਾਡੇ ਲਈ, ਬਹੁਤ ਵਧੀਆ। ਕਹਿੰਦੇ ਸਾਹਮਣੇ ਭਗਵੰਤ ਮਾਨ ਹੋ ਸਕਦੇ ਆ, ਭਗਵੰਤ ਮਾਨ ਹੋਣਗੇ ਸਾਹਮਣੇ ਤਾਂ ਤੁਸੀਂ ਭਗਵੰਤ ਨੂੰ ਚੁਣਨਾ ਕਿ ਆਪਦੇ ਪਿੰਡ ਦੇ ਮੁੰਡੇ ਨੂੰ ਚੁਣਨਾ? ਸਾਡਾ ਬਾਈ ਦਲਵੀਰ ਗੋਲਡੀ ਆ ਜੀ, ਉਹਨੂੰ ਹੀ ਚੁਣਾਂਗੇ ਅਸੀਂ, ਸਾਡੇ ਕੰਮ ਕੀਤੇ ਨੇ ਵੀਰੇ ਕੰਮ। ਹਾਂ ਜੀ ਹਾਂ ਹਾਂ ਬਿਲਕੁਲ, ਰਿਸ਼ਤੇਦਾਰੀਆਂ ਡਿਊਟੀ ਲਾ ਰਹੇ ਨੇ, ਕਹਿੰਦੇ ਕਿ ਰਿਸ਼ਤੇਦਾਰੀਆਂ 'ਚ ਜਾਣਾ ਘਰ ਘਰ ਜਾ ਕੇ। ਹਾਂ ਜੀ ਹਾਂ, ਪਹਿਲਾਂ ਵੀ ਜ਼ੋਰ ਲਾਇਆ, ਹੁਣ ਵੀ ਫੁੱਲ ਜ਼ੋਰ ਲਾਵਾਂਗੇ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਪਿੰਡਾਂ 'ਚ ਜਾ ਜਾ ਕੇ, ਪਿੰਡਾਂ ਦੇ ਵਿੱਚ ਤੁਹਾਨੂੰ ਆਪਦੇ ਪਿੰਡ ਤੋਂ ਤਾਂ ਭਰਵਾਂ ਹੁੰਗਾਰਾ ਮਿਲਿਆ, ਦੂਸਰੇ ਪਿੰਡਾਂ ਦੇ ਵਿੱਚ ਹੁਣ ਤੁਸੀਂ ਜਾਣਾ ਸ਼ੁਰੂ ਕਰਨਾ, ਲਗਾਤਾਰ ਗੱਲਬਾਤ ਹੋ ਰਹੀ ਹੋਣੀ ਹੈ ਰਿਸ਼ਤੇਦਾਰਾਂ ਦੇ ਨਾਲ, ਚਲੋ ਆਪਦੇ ਰਿਸ਼ਤੇਦਾਰ ਤਾਂ ਨਾਲ ਖੜਨਗੇ, ਬਾਕੀ ਲੋਕਾਂ ਦਾ ਮਨ ਕੀ ਕਹਿੰਦਾ, ਕੀ ਲੱਗ ਰਿਹਾ ਤੁਹਾਨੂੰ? ਵੀਰੇ ਲੋਕਾਂ ਦਾ ਮਨ 10 ਮਾਰਚ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂ ਕੀ ਕਿਹਾ ਕੀ ਸੋਚਦੇ ਨੇ, ਕਿਉਂਕਿ ਸਾਡੀ ਕਮਾਈ 5 ਸਾਲਾਂ ਦੀ ਹੈ, ਇਹ ਸਾਡੀ ਕਮਾਈ ਜੋ ਅਸੀਂ ਕੀਤਾ ਜੋ ਕਰਕੇ ਦਿਖਾਇਆ। ਉਹ ਗੇਟ ਰਹਿ ਗਿਆ ਪਿੱਛੇ, ਅੱਛਾ ਇੱਧਰਲਾ ਵੀ ਖੁਲਵਾ ਲਓ। 5 ਸਾਲਾਂ 'ਚ ਅਸੀਂ ਜੋ ਕੀਤਾ ਸਭ ਦੇ ਸਾਹਮਣੇ, ਉਹ ਕਿਹੜਾ ਲੁੱਕੇ ਰਿਹਾ ਵੀਰੇ ਕਿਸੇ ਤੋਂ? ਸਭ ਦੇ ਆਪਦੇ ਕੰਮ ਲੈ ਕੇ ਜਾ ਰਹੇ ਹੋ ਲੋਕਾਂ ਕੋਲ, ਆਪਦੇ ਬਾਕੀ ਥਾਵਾਂ 'ਤੇ ਆਪਦੇ ਕੰਮ ਲੈ ਕੇ ਜਾਓਗੇ ਵੀ ਆਹ ਕੰਮ ਕਰਦੇ ਆ? ਇੱਕ ਮੈਂ ਗੱਲ ਤੁਹਾਨੂੰ ਪੁੱਛਦੀ ਹਾਂ ਕਿ MLA ਦੀ ਡਿਊਟੀ ਕੀ ਹੁੰਦੀ ਹੈ? ਨੰਬਰ 1 ਵਿਕਾਸ ਕਰਾਉਣਾ, ਨੰਬਰ 2 ਹਲਕੇ ਦੇ ਵਿੱਚ ਵਿਚਰਨਾ ਦੁੱਖ ਸੁੱਖ 'ਚ ਜਾਣਾ, ਨੰਬਰ 3 ਜਦ ਕੋਈ ਤੁਹਾਡੇ ਕੋਲ ਆਵੇ ਤੁਹਾਡਾ ਉਹਦੇ ਨਾਲ ਰਾਬਤਾ ਹੋਵੇ। ਇਹ 3 ਕੰਮ ਹੁੰਦੇ ਨੇ, ਇਹ 3ਾਂ 'ਚ ਅਸੀਂ ਮਹਾਰਾਜ ਤੋਂ ਡਰ ਕੇ ਕਹਿੰਦੀ ਹਾਂ ਕਿ ਪੂਰੀ ਆਪਣੀ ਇਮਾਨਦਾਰੀ ਦਿਖਾਈ ਹੈ। ਅਤੇ ਜਦ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਇੱਕ ਚੀਜ਼ ਲਿਖੀ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੋਵੇ, ਚਾਹੇ ਗੀਤਾ ਨੂੰ ਆਪਾਂ ਪੜ੍ਹ ਕੇ ਦੇਖ ਲਈਏ, ਚਾਹੇ ਕੁਰਾਨ ਸ਼ਰੀਫ ਹੋਵੇ। ਸਤਿ ਸ਼੍ਰੀ ਅਕਾਲ ਰਾਜੇ, ਠੀਕ ਹੋ? ਹੋਰ ਕਿਵੇਂ ਰਾਜੇ, ਠੀਕ ਹੋ? ਬਸ ਗੋਲਡੀ ਜੀ ਦਾ ਸੁਨੇਹਾ ਲੈ ਕੇ ਆਈ ਹਾਂ ਕਿ ਤੁਸੀਂ ਵੋਟਾਂ ਪਾਉਣੀਆਂ ਨੇ, ਨਾਲੇ ਨਾਲ ਰਹਿਣਾ। ਠੀਕ ਹੈ ਠੀਕ ਠੀਕ ਹੈ ਰਾਜੇ, ਬਲਕਿ ਸਾਰੀ ਰਿਸ਼ਤੇਦਾਰੀਆਂ 'ਚ ਵੀ ਕਹਿਣਾ, ਤੁਹਾਨੂੰ ਪਤਾ ਹੀ ਹੈ ਕਿ ਟਿਕਟ ਮਿਲ ਗਈ। ਹਾਂਜੀ ਹਾਂਜੀ ਪਤਾ, ਧੂਰੀ ਹਲ। ਹਾਂਜੀ ਹਾਂਜੀ ਠੀਕ ਹੈ, ਬਸ ਜਿਵੇਂ ਪਹਿਲਾਂ ਸਾਥ ਦਿੱਤਾ ਸੀ ਉਵੇਂ ਫੇਰ ਦੇਣਾ। ਠੀਕ ਠੀਕ ਹੈ ਰਾਜੇ, ਥੈਂਕ ਯੂ। ਅਤੇ ਇੱਕੋ ਗੱਲ ਲਿਖੀ ਗਈ ਹੈ, ਕਹਿੰਦੇ ਜੋ ਬੀਜੋਗੇ ਉਹ ਵੱਢੋਗੇ। ਜਦ ਬੀਜਿਆ ਇਮਾਨਦਾਰੀ ਹੈ, ਜਦ ਬੀਜਾ ਬੀਜਿਆ ਹੀ ਪਿਆਰ ਹੈ, ਫਿਰ ਕੁਛ ਹੋਰ ਮਿਲ ਕਿਵੇਂ ਸਕਦਾ? ਇਮਾਨਦਾਰੀ ਪਿਆਰ ਬੀਜਿਆ ਅਤੇ ਵੱਢਾਂਗੇ ਹੀ, ਮਹਾਰਾਜ ਦੀ ਕਿਰਪਾ ਨਾਲ ਇਮਾਨਦਾਰੀ ਅਤੇ ਪਿਆਰ ਹੀ ਸਾਡੀ ਝੋਲੀ 'ਚ ਪਊਗਾ। ਬਹੁਤ ਆ ਤੁਹਾਡੇ 'ਚ ਵੀਰੇ, ਬਾਰ ਬਾਰ ਉਹੀ ਗੱਲ, ਜੇ ਗੋਲਡੀ ਨੇ ਕੰਮ ਨਾ ਕੀਤੇ ਹੁੰਦੇ ਇਕੱਲਾ ਕੌਨਫੀਡੈਂਸ ਕੀ ਕਰ ਲੈਂਦਾ? ਹਾਜ਼ਰ ਜਵਾਬ ਵੀ ਹੋ, ਇਹ ਗੋਲਡੀ ਜੀ ਤੋਂ ਸਿੱਖੀ ਆ। ਸਤਿ ਸ਼੍ਰੀ ਅਕਾਲ ਤਾਈ ਜੀ, ਕਿਵੇਂ ਹੋ? ਕਿਵੇਂ ਢਿੱਲੇ ਢਿੱਲੇ ਲੱਗਦੇ ਹੋ? ਲੱਤਾਂ ਵਾਂਗ ਨੇ। ਹਾਂ ਅੱਜ ਲੱਗੀ ਜਾਂਦਾ ਢਿੱਲੇ ਹੋ। ਚਲੋ ਕੋਈ ਨਾ, ਤੁਸੀਂ ਆਰਾਮ ਕਰੋ, ਦਵਾਈ ਦਵੂਈ ਲੈ ਕੇ ਬਸ ਹੁਣ ਵੋਟ ਪਾਉਣ ਤਾਂ ਜਾਓਗੇ ਗੋਲਡੀ ਨੂੰ? ਹਾਂਜੀ ਪਵਾਉਂਗੇ ਵੀ। ਹਾਂਜੀ ਕਿਤੋਂ ਪਵਾਉਂਗੇ? ਨਾ ਮੈਂ ਤਾਂ ਆਪ ਹੀ ਪਾਦਾਂ। ਆ ਵੀ ਪਾਦਾਂਗੇ। ਬਾ ਰਿਸ਼ਤੇਦਾਰੀਆਂ 'ਚ ਵੀ ਮਾੜਾ ਜਿਹਾ ਟੈਲੀਫੋਨ ਘੁਮਾ ਦਿਓ ਆਲੇ ਦੁਆਲੇ, ਭੈਣ ਹੋਣੀ ਜਿਹੜੇ ਪਿੰਡਾਂ 'ਚ ਨੇ, ਇੱਕ ਵਾਰੀ ਤਾਇਆ ਜੀ ਤੋਂ ਟੈਲੀਫੋਨ ਲਵਾ ਕੇ ਸਾਰਿਆਂ ਨੂੰ ਫੋਨ ਕਰ ਦਿਓ, ਦਵਾਈ ਲੈ ਲਓ। ਚੰਗਾ ਤਾਈ ਜੀ। ਮੈਨੂੰ ਇਹ ਦੱਸੋ ਸਿਮਰਤ ਜੀ, ਮੈਂ 2 ਮਿੰਟ ਹੋਰ ਲੈਣੇ ਤੁਹਾਡੇ, ਯੂਨੀਵਰਸਿਟੀ ਦੇ ਵਿੱਚ ਰਾਜਨੀਤੀ ਕਰਨ ਦਾ ਤੁਹਾਨੂੰ ਕਿੰਨਾ ਫਾਇਦਾ ਮਿਲਿਆ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚੋਂ ਹੁਣ?
ਛੋਟੇ ਵੀਰ, ਮੈਂ ਗੋਲਡੀ ਜੀ ਨਾਲ, ਗੋਲਡੀ ਜੀ ਯੂਨੀਵਰਸਿਟੀ ਸੀ, ਮੈਂ ਦੇਹਰਾਦੂਨ ਕਾਲਜ ਲਾਅ ਕਰ ਰਹੀ ਸੀ, ਮਤਲਬ ਅਸੀਂ ਦੋਨੋਂ ਸੀਗੇ ਇਕੱਠੇ, ਪਰ ਯੂਨੀਵਰਸਿਟੀ ਬੇਸਿਕਲੀ ਉਹਨਾਂ ਨੇ ਕੀਤਾ, ਐਸ ਡੀ ਕਾਲਜ ਮੈਂ ਉਹਨਾਂ ਦੇ ਨਾਲ ਸੀਗੀ। ਜਿਵੇਂ ਜਿਵੇਂ ਆਪਾਂ ਜਦ ਛੋਟਾ ਬੂਟਾ ਲਾਉਂਦੇ ਹਾਂ, ਉਹਦੇ 'ਚ ਰੇਹ ਪਾਉਂਦੇ ਹਾਂ, ਉਹਦੇ 'ਚ ਪਾਣੀ ਪਾਉਂਦੇ ਹਾਂ, ਉਹ ਹੌਲੀ ਹੌਲੀ ਵੱਡਾ ਹੁੰਦਾ, ਅਤੇ ਜਦ ਜਿਵੇਂ ਜੋ ਆਪਾਂ ਬੀਜਦੇ ਹਾਂ, ਜੋ ਮੈਂ ਪਹਿਲਾਂ ਗੱਲ ਕਹੀ ਹੈ, ਜਿਵੇਂ ਆਪਾਂ ਸਿੱਖਦੇ ਹਾਂ ਉਹੀ ਆਪਾਂ ਪ੍ਰੈਕਟੀਕਲੀ ਅੱਗੇ ਕਰ ਪਾਉਂਦੇ ਹਾਂ। ਜਦ ਉਹਨਾਂ ਨੇ ਗ੍ਰਾਸਰੂਟ ਲੈਵਲ ਤੋਂ ਹੀ ਸਿੱਖਿਆ ਪੋਲੀਟਿਕਸ ਦੇ ਵਿੱਚ ਰਹਿਣਾ, ਪੋਲੀਟੀਕਲ ਸਾਇੰਸ ਹੀ 'ਚ ਮੈਂ ਗ੍ਰੈਜੂਏਟ ਹਾਂ, ਗੋਲਡੀ ਨੇ ਵੀ ਸਾਰਾ ਕੁਝ ਆਪਣਾ ਪ੍ਰੈਕਟੀਕਲੀ ਕੀਤਾ, ਇਹੀ ਚੀਜ਼ਾਂ ਸਾਨੂੰ ਬਹੁਤ ਕੰਮ ਆਉਂਦੀਆਂ ਨੇ ਕਿ ਜਦ ਕੋਈ ਸਾਨੂੰ ਪੁੱਛਦਾ ਕਿ ਸਾਡਾ ਆਹ ਹੋਇਆ ਜਾਂ ਸਾਡਾ ਨਹੀਂ ਹੋਇਆ, ਫਿਰ ਅਸੀਂ ਉਹਨਾਂ ਨੂੰ ਦੱਸਦੇ ਵੀ ਹਾਂ ਕਿ ਤੁਸੀਂ ਸਾਡੇ ਨਾਲ ਨਾਲ ਮੈਂਬਰ ਪਾਰਲੀਮੈਂਟ ਵੀ ਉਨਾ ਹੀ ਹੱਕਦਾਰ ਹੈ ਕੰਮ ਕਰਨ ਦਾ, ਸਵਾਲ ਉਹਦੇ ਤੋਂ ਵੀ ਹੋਣੇ ਚਾਹੀਦੇ ਨੇ। ਪਰ ਕੰਮ ਕਰਕੇ ਕਿਹਨੇ ਦਿਖਾਇਆ, ਫਿਰ ਵੋਟਾਂ ਦਾ ਹੱਕ ਸਿਰਫ ਉਹਦਾ ਹੀ ਹੋਣਾ ਚਾਹੀਦਾ ਜਿਹਨੇ ਕੰਮ ਕਰਕੇ ਦਿਖਾਇਆ, ਇਹ ਫਰਕ ਹੈ। ਥੈਂਕ ਯੂ ਵੀਰੇ। ਸਿਮਰਤ ਕੌਰ ਖੰਗੂੜਾ ਸਾਡੇ ਨਾਲ ਸਨ, ਘਰ ਘਰ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਨੇ। ਦਲਵੀਰ ਗੋਲਡੀ ਦਾ ਪਿੰਡ ਹੈ ਇਹ ਪੁੰਨਾਵਾਲ, ਜਿੱਥੇ ਅਸੀਂ ਮੌਜੂਦ ਹਾਂ, ਔਰ ਇਹ ਸਟ੍ਰੈਟਜੀ ਹੈ ਇਹਨਾਂ ਦੀ, ਕਿਉਂਕਿ ਸਟੂਡੈਂਟ ਪੋਲੀਟਿਕਸ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਪੋਲੀਟਿਕਸ ਕਰਦੇ ਰਹੇ, ਔਰ ਉਸ ਤੋਂ ਬਾਅਦ ਹੁਣ ਕਹਿੰਦੇ ਕਿ ਘਰ ਘਰ ਜਾ ਕੇ ਇਕੱਲੇ ਇਕੱਲੇ ਬੰਦੇ ਦੀ ਡਿਊਟੀ ਲਈ ਜਾ ਰਹੀ ਹੈ ਕਿ ਦੂਸਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਕਹੋ ਵੀ ਕਿ ਗੋਲਡੀ ਨੂੰ ਸਪੋਰਟ ਕਰਨ, ਅਤੇ ਨਾਲ ਹੀ ਬਾਕਾਇਦਾ ਤੌਰ 'ਤੇ ਜ਼ਿੰਮੇਵਾਰੀਆਂ ਲਾਈਆਂ ਜਾ ਰਹੀਆਂ ਕਿ ਰਿਸ਼ਤੇਦਾਰੀਆਂ ਦੇ ਵਿੱਚ ਫੋਨ ਖੜਕਾ ਦਿੱਤੇ ਜਾਣ ਕਿ ਪਿੰਡ ਦੇ ਮੁੰਡੇ ਦੀ ਮਦਦ ਕੀਤੀ ਜਾਵੇ। ਦੇਖਣਾ ਇਹ ਹੈ ਕਿ ਲੋਕ ਕਿਹਦੇ ਹੱਕ ਦੇ ਵਿੱਚ ਫਤਵਾ ਦੇਣਗੇ। ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਧੂਰੀ।